Hello, Sat Sri Akal Ji. Welcome once again to my YouTube channel, Gurjeet Singh. YouTube channel da naam ji apne te jehde vlog apa shuru kite hain inna da naam hai Gedi with Gurjeet. So I'm on for the Gedi. Te aaj jehdi apa Gedi launi aa ji ade vich melodious thoda ja tadka hoega. Melodious hoegi apni Gedi because main thonu milaun ja reha ji the king, the master of melody. Ji haan, aaj apa Sajit bhai naal milange. Gem of a person, they both Nazare Swad and Alani, and the very team Miranala Yakusari Apa gang, Diddy and his Adi Minions, the gang. Hello, Anjiguji, Paisa Sikalji. Anjis Sikal Kite. Baspaji Mat, Panji Face Chaji. May I jump for the radio? Ah, Mata Baker. Chol Maba Saga. Oh, Yar on the Yar. ਇਹ ਪਹਿਚਾਣ ਦੀ ਇੱਕ ਡਿਫਰੈਂਟ ਲੱਗਦੀ ਹੈ ਭਾਈ ਸਤਿ ਸ੍ਰੀ ਅਕਾਲ ਇਹ ਸੱਚ ਸੱਚ ਨਹੀਂ ਬਸ ਭਾਈ ਆ ਕੋਈ ਹੋਰ ਹੀ ਆ ਇਹ ਮੈਨੂੰ ਥੋੜਾ ਤਾਂ ਹੋਈ ਓਏ ਭਾਜੀ ਵੈਲਕਮ ਵੈਲਕਮ ਇਹਦੇ ਨਾਲ ਵੀ ਕਰਦੇ ਹੈ ਨਾ ਸਭ ਤੋਂ ਪਹਿਲਾਂ ਪ੍ਰਸ਼ਾਦ ਭਾਜੀ ਵਾ ਗੇੜੀ ਵਿਦ ਗੁਰਜੀਤ ਅੱਜ ਗੇੜੀ ਵਿਦ ਸਚਿਨ ਭਾਜੀ ਕੀ ਬਾਤ ਹੈ ਸੋ ਫਰਸਟ ਆਫ ਆਲ ਥੈਂਕ ਯੂ ਸੋ ਮਚ ਭਾਈ छोटी मोटी गल थोड़ा कोई पूरी दुकान लाई हुई है ਸੋ ਲਿਓ ਤੁਹਾਡਾ ਵੈਲਕਮ ਵੀ ਕਰ ਦਿੰਦੇ ਮੈਂ ਕਿਹਾ ਇਦਾਂ ਥੋੜਾ ਗੱਲ ਬਣਦੀ ਹੈ ਸੋ ਮੈਂ ਹੁਣ ਹੋਰ ਤਾਂ ਹੁਣ ਕਰੋਨਾ ਵਿੱਚ ਸੇਫਟੀ ਲਈ ਮੈਂ ਕਿਹਾ ਇਹਨੂੰ ਪੂਰਾ ਮੈਂ ਪੂਰਾ ਕੀਤਾ ਹੋਇਆ ਸਾਰਾ ਸੈਨੀਟਾਈਜ਼ ਕੀਤਾ ਹੋਇਆ ਵਾਜੀ ਵਾ ਤੇ ਪਹਿਲਾਂ ਪਹਿਲਾਂ ਤਾਂ ਮੂੰਹ ਮਿੱਠਾ ਕਰੀਏ ਮੂੰਹ ਮਿੱਠਾ ਭਾਈ ਪਹਿਲੇ ਐਪੀਸੋਡ ਦਾ ਮੂੰਹ ਮਿੱਠਾ ਮੇਰੇ ਵੱਲੋਂ ਰੀਅਲੀ ਥੈਂਕਫੁਲ ਭਾਈ ਤੇ ਹੁਣ ਇਦਾਂ ਭਾਈ ਮੈਨੂੰ ਇਹ ਦੱਸੋ ਵੀ ਆਪਾਂ ਕਿਉਂਕਿ ਗੇੜੀ ਆਪਣੇ ਸ਼ੋਅ ਦਾ ਵਲੌਗ ਦਾ ਨਾਮ ਹੈ ਤਾਂ ਤੁਸੀਂ ਮੋਹਾਲੀ 'ਚ ਜਦੋਂ ਜਾਣਾ ਪਸੰਦ ਕਰਦੇ ਹੋ ਜਾਂ ਚੰਡੀਗੜ੍ਹ ਦਾ ਚੰਡੀਗੜ੍ਹ ਚੱਲਦੇ ਆਪਾਂ ਹੈ ਨਾ ਕਿੱਥੇ ਕਿੱਥੇ ਜਾਣਾ ਪਸੰਦ ਕਰਦੇ ਹੋ ਘੁੰਮਣਾ ਪਸੰਦ ਕਰਦੇ ਹੋ ਗੇੜੀ ਲਾਉਣਾ ਪਸੰਦ ਕਰਦੇ ਹੋ ਯਾਰ ਪਤਾ ਕੀ ਹੈ ਅਸੀਂ ਇੱਥੇ ਮੂਵ ਹੋਏ ਸੀ ਫੈਬਰੂਰੀ 'ਚ ਹਾਂਜੀ ਤੇ ਮੂਵ ਹੋ ਕੇ ਥੋੜਾ ਜਿਹਾ ਸੈਟਲ ਹੋਏ ਸਟੂਡੀਓ ਦਾ ਕੰਮ ਸ਼ੁਰੂ ਕੀਤਾ ਬਾਈ ਐਂਡ ਆਫ ਫੈਬਰੂਰੀ ਮਾਰਚ 'ਚ ਹੋ ਗਿਆ ਲੌਕਡਾਊਨ ਹਾਂ ਫਿਰ ਤਾਂ ਟਾਈਮ ਲੱਗਿਆ ਨਹੀਂ ਮਤਲਬ 3 ਮਹੀਨੇ ਤਾਂ ਘਰੋਂ ਨਿਕਲੇ ਨਹੀਂ ਮੈਨੂੰ ਤਾਂ ਐਕਚੁਅਲੀ ਸਿਰਫ ਇੱਕ ਲੇਕ ਪਤਾ ਹੈ ਜਾਂ ਹੋਰ ਮੈਨੂੰ ਮਤਲਬ 17 ਸੈਕਟਰ ਦੀ ਮਾਰਕੀਟ ਪਤਾ ਓਕੇ ਇੱਕ ਲੈਂਟੇ ਮਾਲ ਪਤਾ ਅੱਛਾ ਜੀ ਇਸ ਤੋਂ ਇਲਾਵਾ ਮੈਨੂੰ ਕੁਝ ਨਹੀਂ ਪਤਾ ਚਲੋ ਇਨਫੋਰਮੇਸ਼ਨ ਲੌਕਡ ਹੁਣ ਗੱਲ ਇਹ ਹੈ ਕਿ ਜੋ ਜੋ ਜਗ੍ਹਾ ਇੱਥੇ ਵਧੀਆ ਹੈਗੀਆਂ ਤੂੰ ਆਪੇ ਲੈ ਚੱਲ ਮੈਨੂੰ ਦਿਖਾ ਦੇ ਕੱਲ ਨੂੰ ਮੈਂ ਬੱਚਿਆਂ ਨੂੰ ਘਰ ਵਾਲੀ ਨੂੰ ਲੈ ਕੇ ਐਟਲੀਸਟ ਜਾ ਤਾਂ ਸਕਦਾ ਓਕੇ ਚਲੋ ਹੁਣ ਮਤਲਬ ਵੀ ਆਪਣੇ ਹੱਥ 'ਚ ਹੀ ਹੈ ਨਾ ਵੀ ਜਿੱਧਰ ਆਪਾਂ ਬਾਈ ਨੂੰ ਲੈ ਚੱਲੀਏ ਤਾਂ ਲੈ ਚੱਲੀਏ ਫਿਰ ਆਪਾਂ ਹੋਰ ਹੋਰ ਸੋ ਹਾਂਜੀ ਭਾਜੀ ਚੱਲੀਏ ਆਪਾਂ ਭਾਈਆ ਮੇਰੀ ਆਡੀਅੰਸ ਹੈ ਜਿਹੜੇ ਛੋਟੇ ਮੋਟੇ ਜਿਹੇ ਨਾ 4-5 ਮਿਲੀਅਨ ਦੇ ਰੱਖੇ ਇਹ ਉਹੀ ਉਹੀ ਨੇ ਹਾਂ ਉਹੀ ਨੇ ਗੋਲੂ ਰੱਖਿਆ ਸੀ ਆਪਾਂ ਨੇ ਇੱਕ ਵਾਰ ਇੰਸਟਾਗ੍ਰਾਮ ਵਾਲੇ ਗੋਲੂ ਇਹ ਬਾਹਰ ਕੱਢ ਲੈ ਤੇ ਆਪਾਂ ਫਿਰ ਚਲੋ ਐਂ ਕਰਦੇ ਹਾਂ ਮੈਂ ਨਾਲੇ ਤੁਹਾਨੂੰ ਨਾ ਇੱਕ ਦੋ ਸਪੋਟਸ ਹੈ ਜੇ ਤੁਹਾਡਾ ਖਾਣ ਦਾ ਮਨ ਹੋਇਆ ਜੇ ਲੱਗਿਆ ਆਪਾਂ ਨੂੰ ਹਾਈਜੀਨਿਕ ਹੈ ਉੱਥੇ ਰੁਕ ਜਾਾਂਗੇ ਜੇ ਨਹੀਂ ਲੱਗਿਆ ਖਾਣ ਪੀਣ ਦਾ ਆਪਾਂ ਪੂਰਾ ਬੰਦੋਬਸਤ ਇਹਦੇ ਵਿੱਚ ਗੱਡੀ 'ਚ ਕੀਤਾ ਹੋਇਆ ਜੀ ਕੋਈ ਚੱਕਰ ਹੀ ਨਹੀਂ ਕੋਈ ਟੈਨਸ਼ਨ ਨਹੀਂ ਤੇ ਲੈਟਸ ਗੋ ਗੇੜੀ ਵਿਦ ਸਚਿਨ ਹੁਜਾ ਭਾਜੀ ਦਿਸ ਟਾਈਮ ਤੇ ਅੱਜ ਭਾਜੀ ਨੂੰ ਆਪਾਂ ਇਦਾਂ ਕਰਦੇ ਆਂ ਗੋਲ ਗੱਪੇ ਜਿਹੜੇ ਫੇਮਸ ਨੇ ਚੰਡੀਗੜ੍ਹ ਦੇ ਇਹ ਤਾਂ ਇਹ ਵਧੀਆ ਗੱਲ ਕੀਤੀ ਹੈ ਨਾ ਮੈਂ ਵਿਆਹ ਗੋਲ ਗੱਪੇ ਦੀ ਮੈਂ ਦੱਸਦਾ ਹਾਂਜੀ ਮੈਂ ਕੋਈ ਵੀ ਵਿਆਹ ਅਟੈਂਡ ਕਰਨ ਜਾਂਦਾ ਹੁੰਦਾ ਹਾਂਜੀ ਮੈਂ ਜਨਰਲੀ ਉੱਥੇ ਕੁਝ ਨਹੀਂ ਖਾਂਦਾ ਅੱਛਾ ਵਿਆਹ ਸ਼ਾਦੀਆਂ 'ਚ ਹਾਂ ਥੋੜੀ ਦੇਰ ਲਈ ਜਾਈਦਾ ਹੁਣ ਜਿੱਥੇ ਆਪਾਂ ਪ੍ਰੋਫੈਸ਼ਨਲ ਸਰਕਲ 'ਚ ਜਾ ਰਹੇ ਹਾਂ ਉੱਥੇ ਤਾਂ ਖੈਰ ਬਹੁਤ ਜ਼ਿਆਦਾ ਮਤਲਬ ਕਰਾਊਡਡ ਹੋ ਜਾਂਦੇ ਆ ਲੋਕ ਫੋਟੋ ਫੋਟੋ ਕਰਾਉਣ ਵਾਲੇ ਬਹੁਤ ਆ ਜਾਂਦੇ ਆ ਸੋ ਉੱਥੇ ਤਾਂ ਖੈਰ ਕੁਝ ਖਾ ਹੀ ਨਹੀਂ ਹੁੰਦਾ ਸਹੀ ਹੈ ਬਟ ਜੋ ਫੈਮਿਲੀ ਦੇ ਫੰਕਸ਼ਨਸ ਹੁੰਦੇ ਆ ਫੈਮਿਲੀ ਦੀ ਵੈਡਿੰਗਸ ਹੁੰਦੀਆਂ ਉੱਥੇ ਮੈਂ ਹੋਰ ਕੁਝ ਖਾਵਾਂ ਨਾ ਖਾਵਾਂ ਮੈਂ ਗੋਲ ਗੱਪੇ ਜ਼ਰੂਰ ਖਾ ਕੇ ਆਉਂਦਾ ਮੈਨੂੰ ਪਸੰਦ ਹੀ ਬਹੁਤ ਹੈ ਅੱਛਾ ਜੀ ਫਿਰ ਤਾਂ ਸਾਨੂੰ ਆਪਾਂ ਲੈ ਕੇ ਚੱਲਦੇ ਹਾਂ ਜਿਹੜੇ ਮਤਲਬ ਚੰਡੀਗੜ੍ਹ ਦੇ ਮਸ਼ਹੂਰ ਗੋਲ ਗੱਪੇ ਸੈਕਟਰ 23 ਅੱਛਾ ਹਾਂਜੀ ਹਾਂ ਭਾਜੀ ਉੱਥੇ ਬੜਾ ਵਧੀਆ ਮਾਹੌਲ ਹੁੰਦਾ ਸੋ ਉੱਧਰ ਚੱਲਾਂਗੇ ਤੇ ਨਾਲ ਦੀ ਨਾਲ ਤੁਸੀਂ ਲੇਕ ਦੀ ਬੈਕ ਸਾਈਡ ਤੇ ਗਏ ਹੋ ਲੇਕ ਦੀ ਬੈਕ ਸਾਈਡ ਮਤਲਬ ਤਾਂ ਲੇਕ ਦਾ ਸਟਾਰਟਿੰਗ ਪੁਆਇੰਟ ਹੈ ਇੱਕ ਐਂਡ ਪੁਆਇੰਟ ਹੈ ਜੀ ਜਮਾ ਪਿੱਛੇ ਉੱਥੇ ਜੇ ਨਹੀਂ ਮੈਨੂੰ ਹੁਣੇ ਤਾਂ ਆਈਡੀਆ ਨਹੀਂ ਜਾ ਕੇ ਮੈਨੂੰ ਜੇ ਦੇਖ ਕੇ ਆਈਡੀਆ ਲੱਗ ਜਾ ਤਾਂ ਮੈਨੂੰ ਪਤਾ ਨਹੀਂ ਚਲੋ ਸੋ ਮੈਨੂੰ ਇਦਾਂ ਮੈਂ ਠੀਕ ਕਹਿ ਨਹੀਂ ਸਕਦਾ ਲੈਟਸ ਗੋ ਤੇ ਹੁਣ ਆਪਾਂ ਚੱਲਦੇ ਹਾਂ ਮੈਂ ਵੀ ਅੱਜ ਲੌਕਡਾਊਨ ਤੋਂ ਬਾਅਦ ਅੱਜ ਪਹਿਲੀ ਵਾਰ ਗੇੜੀ ਲਾਉਣ ਲੱਗਿਆ
ਮੇਰੇ ਬਹਾਨੇ ਤੂੰ ਵੀ ਘੁੰਮ ਲੈ ਮੈਂ ਭਾਜੀ ਹੋਰ ਹੋਰ ਮੈਂ ਤਾਂ ਹੀ ਤੁਹਾਨੂੰ ਫੜਿਆ ਮੈਂ ਕਿਹਾ ਯਾਰ ਮੈਂ ਤੁਹਾਡੇ ਨਾਲ ਬਹੁਤ ਕੰਫਰਟੇਬਲ ਫੀਲ ਕਰਦਾ ਐਂਡ ਪੋਜ਼ਿਟਿਵਿਟੀ ਮੈਨੂੰ ਬਹੁਤ ਆਉਂਦੀ ਹੈ ਸੱਚੀ ਗੱਲ ਦੱਸਾਂ ਤੁਹਾਨੂੰ ਮੈਂ ਹਨਾ ਅੱਛਾ ਭਾਜੀ ਹੋਰ ਦੱਸੋ ਮੈਨੂੰ ਹੁਣ ਐਂ ਦੱਸੋ ਵੀ ਗੇੜੀ ਹੁਣ ਦਿੱਲੀ 'ਚ ਤਾਂ ਓਬਵੀਅਸਲੀ ਤੁਸੀਂ ਲਾਉਂਦੇ ਹੀ ਹੋਣੇ ਜਦੋਂ ਆਪਣਾ ਕਾਲਜ ਡੇ ਸੀਗੇ ਜਾਂ ਉਦਾਂ ਘੁੰਮਦੇ ਫਿਰਦੇ ਯਾਰ ਮੇਰੇ ਲਈ ਗੇੜੀ ਹੈ ਮੇਰੀ ਗੱਡੀ 'ਚ ਮੇਰੇ ਬੱਚੇ ਬੈਠੇ ਹੋਣ ਅੱਛਾ ਜੀ ਮੇਰੀ ਵਾਈਫ ਹੋਏ ਹਾਂ ਔਰ ਉਹਨਾਂ ਨੂੰ ਜੋ ਉਹਨਾਂ ਦਾ ਦਿਲ ਕਰਦਾ ਜਿੱਥੇ ਉਹ ਜਾਣਾ ਚਾਹਣ ਜੋ ਉਹ ਖਾਣਾ ਚਾਹਣ ਜੋ ਕਰਨਾ ਚਾਹਣ ਅੱਛਾ ਜੀ ਮੇਰੇ ਲਈ ਮੇਰੀ 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 ਗੇੜੀ ਉਹੀ ਹੈ ਹੋਏ ਹੋਏ ਭਾਜੀ ਔਰ ਮੇਰੇ ਮੈਂ ਇਸ ਤੋਂ ਇਲਾਵਾ ਕਦੇ ਕਾਲਜ ਦੀ ਗੱਲ ਕਰਦੇ ਆ ਯੰਗ ਏਜ ਦੀ ਜਦੋਂ ਹੁੰਦੇ ਸੀ ਪਹਿਲੀ ਗੱਲ ਤਾਂ ਮੈਨੂੰ ਜ਼ਿੰਦਗੀ 'ਚ ਟਾਈਮ ਹੀ ਨਹੀਂ ਮਿਲਿਆ ਕਿ ਮੈਂ ਗੇੜੀਆਂ ਮਾਰ ਸਕਾਂ ਹਾਂਜੀ ਮਾਰੀਆਂ ਗੇੜੀਆਂ ਮੈਂ ਇਹ ਨਹੀਂ ਕਹਿੰਦਾ ਨਹੀਂ ਮਾਰੀਆਂ ਹਾਂ ਹਾਂ ਜਦੋਂ ਮੈਂ 12th 'ਚ ਸੀਗਾ ਉਦੋਂ ਮੈਂ ਵਾਧੂ ਗੇੜੀਆਂ ਮਾਰੀਆਂ ਹੋਈਆਂ ਅੱਛਾ ਲੇਕਿਨ ਫਿਰ ਉਹੀ ਸਾਰੀ ਗੱਲਬਾਤ ਡੈਡੀ ਬਿਮਾਰ ਹੋ ਗਏ ਸੀ ਤਾਂ ਮੈਂ ਕੰਮ 'ਚ ਜਲਦੀ ਆ ਗਿਆ ਮੈਂ 16-16 ਸਾਲ ਦਾ ਸੀਗਾ ਉਦੋਂ ਦਾ ਮੈਂ ਕੰਮ ਕਰ ਰਿਹਾ ਮੇਰੇ ਲਈ ਹੁਣ ਤਾਂ ਗੇੜੀ ਇਹੀ ਹੈ ਬਸ ਬੱਚਿਆਂ ਦੇ ਨਾਲ ਦੈਟਸ ਸੋ ਸਵੀਟ ਯਾਰ ਲੌਕਡਾਊਨ ਫਿਰ ਕਰੇ ਫਿਰ ਵੈਬ ਸੀਰੀਜ਼ ਦੇਖੀਆਂ ਖੇਡੇ ਜਾਂ ਕੀ ਡਿਸਕਵਰ ਕੀਤਾ ਤਿੰਨ ਕੁਐਸਚਨ ਇਕੱਠੇ ਆ ਗਏ ਖੇਡਣਾ ਤਾਂ ਇੱਕ ਜੈਂਗਾ ਹੁੰਦਾ ਜੈਂਗਾ ਅੱਛਾ ਜਿਸ 'ਚ ਉਹ ਵੁੱਡ ਦੇ ਬਲੌਕਸ ਜੇ ਪਹਿਲਾਂ ਵੀ ਦੇਖਦਾ ਹੁੰਦਾ ਸੀ ਲੌਕਡਾਊਨ 'ਚ ਕੁਝ ਸਪੈਸ਼ਲ ਨਹੀਂ ਕੀਤਾ ਮੈਂ ਬਹੁਤ ਸਾਲਾਂ ਤੋਂ ਦੇਖਦਾ ਵੈਬ ਸੀਰੀਜ਼ ਔਰ ਹੁਣ ਤਾਂ ਖੈਰ ਇੰਡੀਅਨ ਵੈਬ ਸੀਰੀਜ਼ ਵੀ ਬਹੁਤ ਅੱਛੀ ਅੱਛੀ ਆਉਣ ਲੱਗੀ ਆ ਅੱਛਾ ਤੁਸੀਂ ਪਹਿਲਾਂ ਤੋਂ ਹੀ ਮਤਲਬ ਜਿਹੜੀ ਫੋਰਨ ਚੱਲਦੀਆਂ ਹੁੰਦੀਆਂ ਸੀ ਉਹ ਤੋਂ ਦੇਖਦੇ ਆ ਅੱਛਾ ਆਪਣੇ ਦੇ ਅੰਦਰ ਟ੍ਰੈਂਡ ਹੀ ਮੈਂ ਕਹਿੰਦਾ ਹੁਣ ਲੌਕਡਾਊਨ ਨੇ ਤਕਰੀਬਨ ਜ਼ਿਆਦਾ ਸ਼ੁਰੂ ਕਰ ਮੈਂ ਤਾਂ ਪਿਛਲੇ ਗੱਲ ਜ਼ਿਆਦਾ ਨਹੀਂ ਤਾਂ 4-5 ਸਾਲ ਤੋਂ ਤਾਂ ਫੋਲੋ ਕਰਦਾ ਹੀ ਆ ਓਕੇ ਅੱਛਾ ਭਾਈ ਹੁਣ ਆਪਾਂ 23 ਸੈਕਟਰ ਪਹੁੰਚ ਗਏ ਹੁਣ ਤਾਂ ਮਾਸਕ ਲਾ ਲਓ ਕੋਈ ਨਹੀਂ ਹਾਂਜੀ ਹਾਂ ਅੱਛਾ ਹਾਂ ਵੀ ਸੋ 23 ਸੈਕਟਰ ਆਪਾਂ ਪਹੁੰਚ ਗਏ ਜਿੱਥੇ ਮਸ਼ਹੂਰ ਉਹ ਨੇ ਆਪਣੇ ਕੀ ਕਹਿੰਦੇ ਗੋਲ ਗੱਪੇ ਅੱਛਾ ਇਹ ਹੁਣ ਮਾਹੌਲ ਦੇਖਦੇ ਹਾਂ ਆਪਾਂ ਵੀ ਕਿੱਦਾਂ ਦਾ ਹੈਗਾ ਇਹ ਉਹ ਸਾਹਮਣੇ ਦਿਖਦੀ ਦੁਕਾਨ ਉਦਾਂ ਇਹ ਦੁਕਾਨ ਜੀ ਹਾਂਜੀ ਹਾਂ 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 ਸੋ ਇਹ ਜੇ ਤੁਹਾਡਾ ਮਨ ਹੈਗਾ ਤੁਹਾਨੂੰ ਲੱਗਦਾ ਆਪਾਂ ਛੱਕ ਸਕਦੇ ਹਾਂ ਅਜੇ ਮੈਂ ਕਹਿੰਦਾ ਆਪਾਂ ਘੁੰਮ ਫਿਰ ਲਈਏ ਘੁੰਮ ਫਿਰ ਲੈਂਦੇ ਹਾਂ ਥੋੜਾ ਡਨ ਠੀਕ ਹੈ ਫਿਰ ਥੋੜੀ ਦੇਰ ਤੱਕ ਦੇਖ ਲਾਂਗੇ ਚਲੋ ਇਦਾਂ ਕਰ ਲੈਂਦੇ ਆ ਫਿਰ ਖਾ ਲਾਂਗੇ ਮੈਂ ਤੁਹਾਨੂੰ ਦੱਸ ਦਿੰਦਾ ਸਪੌਟ ਇਹ ਆ ਦਾ ਤੇ ਇਹ ਬਹੁਤ ਮਸ਼ਹੂਰ ਹੈ ਜੀ ਮਤਲਬ ਬਹੁਤ ਜ਼ਿਆਦਾ ਇਹ ਹੀ ਦੁਕਾਨ ਹਾਂਜੀ ਹਾਂ ਹਾਂ ਮਤਲਬ ਇਹ ਹੈਗੀ ਸੈਕਟਰ ਨੂੰ ਦੇਵਾਂਗੇ ਆਸ਼ੀਰਵਾਦ ਜਲਦੀ 23 ਸੈਕਟਰ ਦੀ ਮਾਰਕੀਟ ਭਾਜੀ ਰੀਸੈਂਟਲੀ ਹੁਣ ਕੁਝ ਸਾਲਾਂ 'ਚ ਨਾ ਇਹ ਇੰਪੋਰਟ ਐਕਸਪੋਰਟ ਦਾ ਜਿਹੜਾ ਸਮਾਨ ਹੈ ਜਿੱਦਾਂ ਟੀ ਸ਼ਰਟਸ ਆ ਹੋ ਗਈਆਂ ਡਿਜ਼ਾਈਨਰ ਹੈ ਨਾ ਘੱਟ ਰੇਟ ਤੇ ਬ੍ਰਾਂਡਡ ਨੇ ਬਟ ਯੂ نو ਕਾਪੀਡ ਹੋ ਗਏ ਅੱਛਾ 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 ਇਹ ਬਹੁਤ ਫੇਮਸ ਹੈ ਹਾਂ ਤੁਹਾਡੇ ਉੱਥੇ ਦਿੱਲੀ 'ਚ ਤਾਂ ਜਿਵੇਂ ਸਰੋਜਨੀ ਵਗੈਰਾ ਹੋ ਗਈਆਂ ਹੈ ਨਾ ਦਿੱਲੀ ਸਰੋਜਨੀ ਸਰੋਜਨੀ ਦਾ ਖੈਰ ਮੈਂ ਕਦੇ ਗਿਆ ਹੀ ਨਹੀਂ ਅੱਛਾ ਪਰ ਇਹ ਠੀਕ ਹੈ ਇੱਥੇ ਬੱਚਿਆਂ ਲਈ ਵਧੀਆ ਹਾਂ ਬੱਚਿਆਂ ਲਈ ਤੇ ਮੈਂ ਤਾਂ ਯਾਰ ਜਾਂਦੇ ਤੇ ਦੇਖਦਾ ਬੱਚਿਆਂ ਲਈ ਮੈਨੂੰ ਹੋਰ ਕੁਝ ਸੋਚਦਾ ਹੀ ਨਹੀਂ ਆਪਣੇ ਲਈ ਉਦੋਂ ਸ਼ਾਪਿੰਗ ਕਰਦਾ ਮੈਂ ਜਦੋਂ ਮੈਨੂੰ ਇਹ ਹੁੰਦਾ ਵੀ ਹੁਣ ਕੱਪੜੇ ਖਤਮ ਹੋ ਗਏ ਕਿਉਂਕਿ ਸ਼ੂਟ ਵਗੈਰਾ ਚੱਲਦੇ ਰਹਿੰਦੇ ਸਾਡੇ ਵੀ ਅੱਛਾ ਮੈਨੂੰ ਇੱਕ ਹੋਰ ਗੱਲ ਪਤਾ ਸ਼ੂਟ ਤੇ ਯਾਦ ਆਇਆ ਕਿ ਮੈਕਸਿਮਮ ਟਾਈਮ ਭਾਜੀ ਜਦੋਂ ਵੀ ਖਾਸ ਤੌਰ ਤੇ ਜਦੋਂ ਆਪਣੇ ਵੀਓਪੀ ਹੁੰਦਾ ਸੀ ਹਨਾ ਮੈਕਸਿਮਮ ਟਾਈਮ ਭਾਜੀ ਨੇ ਆਪਣੇ ਕੋਸਟਿਊਮ ਜਦੋਂ ਗ੍ਰੈਂਡ ਫਿਨਾਲੇ ਸੁਣਿਆ ਹਾਂ ਉਹ ਗ੍ਰੈਂਡ ਫਿਨਾਲੇ ਦੇ ਉਹਨਾਂ ਆਪਣੇ ਆਪਣੇ ਕੋਸਟਿਊਮ ਹੁੰਦੇ ਸਪਾਂਸਰਡ ਬਾਈ ਹਿਮ ਓਨਲੀ ਸੋ ਮੈਨੂੰ ਅੱਛਾ ਲੱਗਦਾ ਦੇਖੋ ਜਦੋਂ ਤੁਸੀਂ ਆਪ ਦੇ ਬਣਵਾਏ ਸਵਾਏ ਹੋਏ ਜਾਂ ਖਰੀਦੇ ਹੋਏ ਜੋ ਵੀ ਆਪਣੇ ਜਦੋਂ ਤੁਸੀਂ ਕੱਪੜੇ ਪਾਉਂਦੇ ਹੋ ਨਾ ਤੁਹਾਨੂੰ ਅੰਦਰੋਂ ਫੀਲਿੰਗ ਹੋਰ ਜੀ ਹੁੰਦੀ ਹੈ ਹਾਂ ਇਹ ਤਾਂ ਗੱਲ ਹੈ ਮਾਲਕਾਨਾ ਹੱਕ ਹੁੰਦਾ ਕੱਪੜੇ ਤੇ ਮਾਲਕਾਨਾ ਹੱਕ ਤੁਹਾਨੂੰ ਇਹ ਲੱਗ ਰਿਹਾ ਹੁੰਦਾ ਵੀ ਤੁਸੀਂ ਹੁਣ ਜ਼ਿਆਦਾ ਸੋਹਣੇ ਲੱਗ ਰਹੇ ਹੋ ਹਾਂ ਭਾਜੀ ਜਜਮੈਂਟ ਵਾਲਾ ਕੰਮ ਕਦੋਂ ਸ਼ੁਰੂ ਹੋਇਆ ਸੀ ਤੁਹਾਡਾ ਜਜਮੈਂਟ ਵਾਲਾ ਕੰਮ ਮੇਰਾ 2005 ਚ ਆਈ ਥਿੰਕ ਅੱਛਾ ਜੀ 2005 ਚ ਸ਼ੋਅ ਆਇਆ ਸੀ ਆਵਾਜ਼ ਪੰਜਾਬ ਦੀ ਰਾਈਟ ਭਾਜੀ ਪਹਿਲਾ ਸ਼ੋਅ ਸੀ ਹਾਂਜੀ ਮੇਰਾ ਹੀ ਕਨਸੈਪਟ ਸੀ ਉਹ ਅੱਛਾ ਜੀ ਹਾਂਜੀ ਓਕੇ ਉਹ ਚੈਨਲ ਨੂੰ ਕਨਸੈਪਟ ਹੀ ਮੈਂ ਦਿੱਤਾ ਸੀ ਓਕੇ 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 ਤੇ ਤਾਂ ਹੀ ਮੈਂ ਇੰਨੀ ਛੋਟੀ ਏਜ 'ਚ ਜੱਜ ਬਣਿਆ ਸੀ ਬਿਕੋਜ਼ ਉਹ ਕਨਸੈਪਟ ਮੇਰਾ ਸੀ ਸ਼ਰਤਾਂ ਲੱਗਣ ਲੱਗ ਗਈਆਂ ਸੀ ਲੋਕਾਂ ਦੀ ਉਦੋਂ ਹੀ ਮੇਰੇ ਖਿਆਲ 'ਚ ਪਹਿਲੇ ਵਾਲੇ 'ਚ ਰੁਪਿੰਦਰ ਹਾਂਡਾ ਔਰ ਰੋਸ਼ਨ ਪ੍ਰਿੰਸ ਜਿੱਤੇ ਸੀ ਉਹਦੇ 'ਚ ਫਿਰ ਦੂਜੇ ਸੀਜ਼ਨ 'ਚ ਮਾਸ਼ਾ ਅਲੀ ਜਿੱਤੇ ਸੀ ਸੋ ਇਸ ਤਰੀਕੇ ਨਾਲ ਫਿਰ ਮੈਂ ਵਿੱਚ ਦੋ ਤਿੰਨ ਸਾਲ ਗਿਆ ਆਈ ਥਿੰਕ 4-5 ਸਾਲ ਮੈਂ ਵਿੱਚ ਗੈਪ ਲੈ ਲਿਆ ਸੀ ਮੈਂ ਉਸ ਤੋਂ ਬਾਅਦ ਫਿਰ ਮੈਨੂੰ ਪੀਟੀਸੀ ਨੇ ਅਪਰੋਚ ਕੀਤਾ ਸੀ ਵਾਇਸ ਆਫ ਪੰਜਾਬ ਦੇ ਲਈ ਓਕੇ ਤੇ ਚਲੋ ਇੱਧਰ ਇਹਨਾਂ ਦੇ ਨਾਲ ਸਾਰੇ ਹੀ ਬਹੁਤ ਅੱਛੇ ਨੇ ਹਾਂਜੀ ਹਾਂ ਸਾਰਾ ਸਟਾਫ ਫਰੋਮ
ਰਾਈਟ ਰਾਈਟ ਮਤਲਬ ਅਵਿੰਦਰ ਨਾਰਾਇਣ ਸਰ ਤੋਂ ਲੈ ਕੇ ਜੋ ਸਾਡੀ ਡਾਇਰੈਕਸ਼ਨ ਟੀਮ ਹੈ ਲਕਸ਼ਮਣ ਜੀ ਹੋਰ ਸਹੀ ਹੈ ਜੋ ਵੀ ਲੋਕ ਇਨਵੋਲਵਡ ਹੁੰਦੇ ਆ ਸ਼ੋਅ ਦੇ ਅੰਦਰ ਸਾਰੇ ਬਹੁਤ ਨਾਈਸ ਨੇ ਬੜਾ ਫਿਰ ਪਿਆਰ ਪੈ ਗਿਆ ਇੱਧਰ ਅੱਛਾ ਭਾਈ ਹੁਣ ਆਪਾਂ ਇਹ ਤੋਂ ਬਾਅਦ ਚੱਲਦੇ ਹਾਂ ਇੱਧਰ ਪੰਜਾਬ ਯੂਨੀਵਰਸਿਟੀ ਦੇਖਦੇ ਹਾਂ ਵੀ ਗੇਟ ਖੁੱਲ੍ਹੇ ਹੈਗੇ ਕਿ ਨਹੀਂ ਖੁੱਲ੍ਹੇ ਅੱਛਾ ਸੋ ਜਦੋਂ ਮੈਂ ਇੱਥੇ ਰਹਿੰਦਾ ਹੁੰਦਾ ਸੀ ਮੈਂ ਚੰਡੀਗੜ੍ਹ ਇੱਥੇ ਹੀ ਪੜ੍ਹਿਆ ਪੰਜਾਬ ਯੂਨੀਵਰਸਿਟੀ ਅੱਛਾ ਤਾਂ ਅਸੀਂ ਕੀ ਹੁੰਦਾ ਸੀ ਉਦੋਂ ਤਾਂ ਸਕੂਟਰ ਹੁੰਦਾ ਸੀ ਮੇਰੇ ਕੋਲ ਵੈਸਪਾ ਤੇ ਅਸੀਂ ਹੌਲੀ ਦੇ ਕੇ ਮਿੱਠੀ ਜੀ ਗੇੜੀ ਲਾਉਣੀ ਮਤਲਬ ਗੇੜੀ ਵੀ ਕੀ ਹੈ ਜਦੋਂ ਮਤਲਬ ਕਾਮਨੈਸ ਚਾਹੀਦੀ ਹੈ ਸ਼ਾਂਤੀ ਜੀ ਚਾਹੀਦੀ ਹੋਵੇ ਨਾ ਬੰਦੇ ਨੂੰ ਅੱਛਾ ਫਿਰ ਬੰਦਾ ਕਹਿੰਦਾ ਯਾਰ ਮੈਂ ਇੱਧਰ ਨੂੰ ਤੁਰਪਾ ਸ਼ਾਂਤੀ ਨਹੀਂ ਤੁਸੀਂ ਯੂਨੀਵਰਸਿਟੀ ਸ਼ਾਂਤੀ ਕੀ ਦਾ ਨਾਮ ਹੈ ਕੁਐਸਚਨ ਤਾਂ ਬੜਾ ਤਗੜਾ ਹੈ ਕੀ ਜਸਵਿੰਦਰ ਨੂੰ ਪਤਾ ਸ਼ਾਂਤੀ ਬਾਰੇ ਬ੍ਰੇਕਿੰਗ ਨਿਊਜ਼ ਇਹਦੀ ਬਣਨੀ ਚਾਹੀਦੀ ਹੈ ਖੋਜ ਪੜਤਾਲ ਜਸਵਿੰਦਰ ਨੂੰ ਸ਼ਾਂਤੀ ਬਾਰੇ ਨਹੀਂ ਦੱਸਿਆ ਗੱਲ ਠੀਕ ਹੈ ਸਾਡੇ ਸਾਡੇ ਵਰਗੇ ਦੋ ਹੁੰਦੇ ਜਿਹੜੇ ਘਰ ਲੜਾਈ ਪਵਾ ਦਿੰਦੇ ਪੰਜਾਬ ਯੂਨੀਵਰਸਿਟੀ ਗੇਟ ਨੰਬਰ 3 ਤੋਂ ਐਂਟਰੀ ਮਿਲ ਗਈ ਆ ਜੀ ਇਹ ਬੜਾ ਪਿਆਰਾ ਮਾਹੌਲ ਜਿਹਾ ਲੱਗਦਾ ਤੁਸੀਂ ਫ੍ਰੀਲੀ ਘੁੰਮ ਸਕਦੇ ਹੋ ਨਾ ਕੋਈ ਹੈਲਮਟ ਦੀ ਉਦੋਂ ਜਾਂ ਯੂ ਨੋ ਇੱਦਾਂ ਕੋਈ ਲੋੜ ਨਹੀਂ ਹੁੰਦੀ ਸੀ ਨਾਲ ਦੇ ਬੇਲੀਆਂ ਨੂੰ ਸਮਝ ਰਿਹਾ ਸੋ ਵਧੀਆ ਮਾਹੌਲ ਹੁੰਦਾ ਸੀਗਾ ਇਹ ਜਿਹੜਾ ਸ਼ਾਂਤੀ ਦੀ ਤਲਾਸ਼ ਤੁਸੀਂ ਇੰਡੀਅਨ ਥੀਏਟਰ ਇੱਥੇ ਡਿਪਾਰਟਮੈਂਟ ਸਾਹਮਣੇ ਹੈ ਨਾ ਸੋ ਇੰਡੀਅਨ ਥੀਏਟਰ ਜਿੱਥੇ ਅਨੁਪਮ ਖੇਰ ਜੀ ਨੀਲਮਾਨ ਸਿੰਘ ਚੌਧਰੀ ਹੈ ਨਾ ਸਾਰੇ ਲੈਜੈਂਡ ਲੋਕ ਲੈਜੈਂਡਸ ਹਾਂ ਜੀ ਹਾਂ ਕਿਰਨ ਖੇਰ ਜੀ ਸਾਰੇ ਆ ਸਾਹਮਣੇ ਇਹ ਪੱਥਰ ਸੋ ਆ ਨਜ਼ਾਰਾ ਭਾਈ ਜੰਨਤ ਜਿਹਨੂੰ ਮਤਲਬ ਹਰ ਕੋਈ ਆਪਣੇ ਕਾਲਜ ਨੂੰ ਜੰਨਤ ਹੀ ਕਹਿੰਦਾ ਨਹੀਂ ਬਟ ਇਹ ਐਕਚੁਅਲੀ ਇਟ ਫੀਲਸ ਲਾਈਕ ਜੰਨਤ ਹੇਅਰ ਤੁਸੀਂ ਦੇਖੋ ਨਾ ਗ੍ਰੀਨਰੀ ਦੇਖੋ ਇੱਥੇ ਮਾਹੌਲ ਦੇਖੋ ਇੱਥੇ ਭਾਈ ਜਦੋਂ ਭੀੜ ਭੂੜ ਹੋਵੇ ਹੈ ਨਾ ਤਾਂ ਵੀ ਲੋਕੀ ਬਹੁਤ ਆਉਂਦੇ ਨੇ ਇੱਥੇ ਲੈਟਸ ਸੀ ਕਿ ਆਪਾਂ ਹੁਣ ਉੱਥੇ ਜਾ ਸਕਦੇ ਹਾਂ ਕਿ ਨਹੀਂ ਘੁੰਮਾਂਗੇ ਭਾਜੀ ਉੱਪਰ ਬੱਦਲ ਦੇਖੋ ਤੁਸੀਂ ਓ ਹੋ 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 ਇਹ ਲੱਖ ਰੁਪਏ ਦਾ ਵਿਊ ਆ ਗਿਆ ਆਪਣਾ ਵੀ ਆਰ ਸਚਿਨ ਭਾਜੀ ਫਸਟ ਟਾਈਮ ਸਟੂਸੀ ਸਟੂਡੈਂਟ ਸੈਂਟਰ ਪੰਜਾਬ ਯੂਨੀਵਰਸਿਟੀ ਵਿਜ਼ਿਟ ਕਰ ਰਹੇ ਨੇ ਐਂਡ ਭਾਜੀ ਇਹ ਮਤਲਬ ਇੱਕ ਤਰ੍ਹਾਂ ਦਾ ਯੂਥ ਦਾ ਵੀ ਮੇਨ ਸਪੋਟ ਹੈ ਤੇ ਜਿਹੜੇ ਯੂਥ ਵਾਲੇ ਪਾਰਟ ਤੋਂ ਨਿਕਲ ਕੇ ਅੱਗੇ ਵਾਲੇ ਪਾਰਟ 'ਚ ਚਲੇ ਗਏ ਨੇ ਉਹਨਾਂ ਦਾ ਵੀ ਮੇਨ ਸਪੋਟ ਹੈ ਕਿਉਂਕਿ ਫਿਰ ਐਕਚੁਅਲੀ ਜਿਹੜੇ ਜਿਹੜੇ ਇੱਥੇ ਪੜ੍ਹ ਕੇ ਗਏ ਆ ਜਿਹੜੇ ਇੱਥੇ ਜਿਨ੍ਹਾਂ ਨੇ ਟਾਈਮ ਸਪੈਂਡ ਕੀਤਾ ਹਾਂਜੀ ਹਾਂ ਉਹ ਯਾਦਾਂ ਤਾਜ਼ੀਆਂ ਕਰਨ ਲਈ ਫਿਰ ਇੱਥੇ ਆਉਂਦੇ ਹੋਣੇ ਆ ਐਗਜੈਕਟਲੀ 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 ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣਾ ਭਾਅ ਜੀ ਇੱਥੇ ਮਾਹੌਲ ਹੁੰਦਾ ਮਤਲਬ ਇੱਧਰ ਜਿਵੇਂ ਜੇ ਕੋਈ ਲੋਹੜੀ ਦਾ ਫੰਕਸ਼ਨ ਹੈ ਜਿੱਦਾਂ ਨਾ ਕੋਈ ਵੀ ਇੱਦਾਂ ਦਾ ਫੰਕਸ਼ਨ ਹੋਵੇ ਵੈਲੈਂਟਾਈਨਸ ਡੇ ਹੋਵੇ ਤਾਂ ਆਹ ਏਰੀਆ ਟੋਟਲੀ ਫਿਲਡ ਅਪ ਹੁੰਦਾ ਡੀਜੇ ਲੱਗਿਆ ਹੁੰਦਾ ਵੈਲੈਂਟਾਈਨਸ ਤੇ ਜ਼ਿਆਦਾ ਹੁੰਦਾ ਹੋਣਾ ਮਤਲਬ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਹੌਲ ਵੀ ਦੇਖਣ ਵਾਲਾ ਹੁੰਦਾ ਵੈਲੈਂਟਾਈਨ ਦਾ ਵੈਸੇ ਹਰ ਦਿਨੇ ਹੁੰਦਾ ਇੱਥੇ ਤਾਂ ਇਹਦੀ ਗੱਲ ਸੀ ਹਾਂ ਤੇ ਪਰ ਉਦੋਂ ਮਾਹੌਲ ਦੇਖਣ ਵਾਲਾ ਹੁੰਦਾ ਆਹ ਕੈਂਟੀਨ ਏਰੀਆ ਆ ਗਿਆ ਮੈਂ ਹੁਣ ਸਾਰਿਆਂ ਨੂੰ ਦਿਖਾ ਦਈਏ ਬਸ ਸਟੂਡੈਂਟ ਸੈਂਟਰ ਜਮਾਂ ਹੀ ਖਾਲੀ ਪਿਆ ਜੀ ਲੋਕਡਾਊਨ ਦੇ ਵਿੱਚ ਬੜਾ ਬੜਾ ਅੱਛਾ ਮਾਹੌਲ ਹੈ ਯਾਰ ਬੜਾ ਪੋਜ਼ਿਟਿਵ ਇੱਥੇ ਦੀ ਚਾਹ ਭਾਜੀ ਬੜੀ ਮਸ਼ਹੂਰ ਹੈ ਚੋਕਲੇਟ ਸ਼ੇਕ ਬੜਾ ਮਸ਼ਹੂਰ ਆ ਅੱਛਾ ਉਦੋਂ ਹੁੰਦਾ ਸੀ ਹੁਣ ਮੈਨੂੰ ਪਤਾ ਨਹੀਂ ਵੈਸੇ ਨਹੀਂ ਹੁਣ ਵੀ ਕੁਛ ਨਾ ਕੁਛ ਤਾਂ ਮਸ਼ਹੂਰ ਹੋਵੇਗਾ ਹੀ ਆਬਵੀਅਸਲੀ ਜਦ ਜਿੱਥੇ ਸਟੂਡੈਂਟ ਹੁੰਦੇ ਆ ਉੱਥੇ ਖਾਣ ਪੀਣ ਦੇ ਟਿਕਾਣੇ ਤਾਂ ਬਹੁਤ ਵਧੀਆ ਹੁੰਦੇ ਹੋ ਜਾਂਦੇ ਨੇ ਮੈਨੂੰ ਤਾਂ ਗ੍ਰੀਨਰੀ ਦੇਖ ਕੇ ਮੇਰਾ ਨਾ ਦਿਲ ਖੁਸ਼ ਹੋ ਜਾਂਦਾ ਹੈ ਹਾਂ ਇਹ ਤਾਂ ਚਲੋ ਆਪਾਂ ਹੁਣ ਇਹ ਚੀਜ਼ ਪਾਸ ਹੋ ਗਈ ਹੁਣ ਤੁਸੀਂ ਬੱਚਿਆਂ ਨੂੰ ਇੱਥੇ ਲਿਆਏ ਨਾ ਅਗਲੀ ਹੁਣ ਆਪਣਾ ਜਿਹੜਾ ਸਪੋਟ ਹੈ ਉੱਥੇ ਚੱਲਦੇ ਹਾਂ ਲੈਟਸ ਗੋ ਹੁਣ ਅਸੀਂ ਜੀ ਲੇਕ ਰੋਡ ਤੇ ਸਚਿਨਹੁਜਾ ਭਾਜੀ ਨੂੰ ਗੇੜੀ ਹਾਲਾਂਕਿ ਮੈਂ ਇਹਨਾਂ ਨਾਲ ਗੇੜੀ ਲਾਉਣੀ ਸੀ ਪਰ ਹੁਣ ਕਿਉਂਕਿ ਸਚਿਨ ਭਾਜੀ ਨਵੇਂ ਨਵੇਂ ਨੇ ਹਾਲੇ ਮੋਹਾਲੀ ਸ਼ਹਿਰ ਚੰਡੀਗੜ੍ਹ 'ਚ ਆਪਣੇ ਤੇ ਆਪਾਂ ਜਨਾਂ ਨੂੰ ਲੇਕ ਰੋਡ ਨਾਲ ਦੇਖੀ ਹੋਈ ਹੈ ਹਾਂ ਲੇਕ ਰੋਡ ਦਾ ਨਹੀਂ ਅੱਛਾ ਹਾਂ ਫੇ ਠੀਕ ਹੈ ਯਾਰ ਨਾ ਠੀਕ ਹੈ ਯੂਨੀਵਰਸਿਟੀ ਦਾ ਕ੍ਰੈਡਿਟ ਤੇ ਨਾ ਠੀਕ ਹੈ ਠੀਕ ਹੈ ਲੇਕ ਇਹ ਮੈਨੂੰ ਪਤਾ ਲੇਕ ਰੋਡ ਤੇ ਔਰ ਲੇਕ ਗੁੱਡ ਹਾਂ ਬਹੁਤ ਜ਼ਿਆਦਾ ਮਤਲਬ ਉਹ ਟਰਸਟ ਐਂਡ ਟਰਨਸ ਬਹੁਤ ਜ਼ਿਆਦਾ ਨੇ ਉਹਦੇ ਅੰਦਰ ਸੋ ਉੱਥੇ ਮਤਲਬ ਹਾਂ ਜੀ ਜਿਹੜੀ ਘੁੰਮ ਗਿਆ ਗੱਡੀ ਗਲਾ ਚਲਾ ਦੇ ਲੇਕ ਖੁੱਲੀ ਚਾਹੀਦੀ ਆ ਲੇਕ ਇੱਦਾਂ ਕਰਦੇ ਆਪਾਂ ਤੁਹਾਨੂੰ ਬੈਕ ਸਾਈਡ ਤੋਂ ਲੈ ਕੇ ਜਾਵਾਂਗਾ ਅੱਛਾ ਹੈ ਨਾ ਨਾ ਤਾਂ ਤੁਸੀਂ ਇਹ ਦੇਖੇ ਹੋਣਾ ਪਹਿਲਾਂ ਮੈਂ ਇਧਰ ਆਉਂਦਾ ਇਹ ਤਾਂ ਦੇਖਿਆ ਹੋਇਆ ਬਿਲਕੁਲ ਬਿਲਕੁਲ ਰਾਈਟ ਰਾਈਟ
ਮੈਂ ਸਾਡੇ ਤਾਂ ਲੋਕ ਇੱਥੇ ਵਾਪੂ ਕਰੀ ਜਾਂਦੇ ਆ ਹੁਣ ਤਾਂ ਚੱਲੀਆਂ ਬਈ ਕੰਮ ਤੇ ਲਾਸੀ ਬਣਵਾਏ ਗਏ ਇੱਥੇ ਮੈਨੂੰ ਯਾਦ ਨਹੀਂ ਥੋੜੇ ਦਿਨ ਤੱਕ ਹੋ ਗਏ ਓਕੇ ਹੁਣ ਮੈਂ ਤੁਹਾਨੂੰ ਇੱਕ ਸ਼ਾਹੀ ਰਸਤੇ ਤੋਂ ਲੈ ਕੇ ਜਾਣਾ ਸ਼ਾਹੀ ਰਸਤਾ ਇਹ ਕਿਉਂਕਿ ਇਹ ਤੇਰੇ ਸਾਰੇ ਆਪਣੇ ਗਵਰਨਰ ਵਗੈਰਾ ਹਾਊਸ ਹੋ ਗਏ ਨਾ ਸਾਰੇ ਅੱਛਾ ਜੀ ਹਾਂਜੀ ਹਾਂ ਆਹ ਵੀ ਭਾਈ ਰੋਡ ਦੇਖੋ ਕਿੰਨੀ ਸ਼ਾਂਤ ਹੈ ਬੜਾ ਬਿਊਟੀਫੁਲ ਆ ਸਾਰਾ ਏਰੀਆ ਨਾ ਇਹ ਆਪਣਾ ਇੱਧਰ ਉਹ ਵੀ ਹੈ ਕੀ ਹੁੰਦਾ ਆਪਣਾ ਗੋਲਫ ਏਰੀਆ ਅੱਛਾ ਅੱਛਾ ਮੈਂ ਸਮਝ ਗਿਆ ਮੈਂ ਦੇਖਿਆ ਹੋਇਆ ਉਹ ਥੋੜਾ ਵੈਸੇ ਅੱਗੇ ਆ ਮੇਨ ਜਿਹੜਾ ਜਿਹੜੀ ਬੈਕ ਸਾਈਡ ਹੈ ਉਧਰੋਂ ਦੀ ਜਾ ਕੇ ਇੱਧਰ ਇਦਾਂ ਆਹ ਵੀ ਗੋਲਫ ਏਰੀਆ ਹੀ ਹੈ ਸਾਰਾ ਹਾਂ ਹਾਂ ਹਾਲਾ ਪਿੱਛੇ ਬਹੁਤ ਵੱਡਾ ਗੋਲਫ ਕੋਰਸ ਹੈ ਜੀ ਸਾਰੀ ਗੋਲਫ ਏਰੀਆ ਪ੍ਰੋਪਰ 15 ਸਾਲ ਬਾਅਦ ਜਦੋਂ ਥੋੜਾ ਬਜ਼ੁਰਗ ਟਾਈਪ ਹੋ ਜਾਊਗਾ ਨਾ ਫੇਰ ਸ਼ੁਰੂ ਕਰ ਸਟਿਕ ਬਣੇਗਾ ਫੇਰ ਆ ਵੇਖ ਇਹ ਅੰਕਲ ਜੀ ਆਹ ਔਰ ਡੰਡੀ ਡੰਡੀ ਲੈ ਕੇ ਚੱਲੇ ਸ਼ਾਂਤੀ ਦੀ ਮੂਰਤੀ ਇਹ ਦੇਖੋ ਜੀ ਹੁਣ ਚੱਕਰਾਂ ਚ ਪਾ ਰਹੇ ਹਾਂ ਚੰਡੀਗੜ੍ਹ ਯੂਨੀਵਰਸਿਟੀ ਜਾ ਰਿਹਾ ਕਹਿੰਦਾ ਉੱਥੇ ਸ਼ਾਂਤੀ ਹੈ ਇੱਥੇ ਆ ਰਿਹਾ ਕਹਿੰਦਾ ਇੱਥੇ ਸ਼ਾਂਤੀ ਹੈ ਚੰਡੀਗੜ੍ਹ 'ਚ ਦੇਖੋ ਸ਼ਾਂਤੀ ਵਾਲਾ ਜੀ ਮਾਹੌਲ ਲੱਭਦੇ ਰਹਿ ਗਏ ਆਪਾਂ ਭਾਜੀ ਕੁਝ ਪੀਓਗੇ ਆਈ ਮੀਨ ਪਾਣੀ ਵੀ ਹੈਗਾ ਆਪਣੇ ਕੋਲ ਮੈਂ ਤਾਂ ਮੂਡ ਬਣਾ ਲਿਆ ਮੈਂ ਤਾਂ ਹੀ ਗਿਆ ਨਾਲ ਹੀ ਪਾ ਦੋ ਦੂਜਾ ਮੈਂ ਕਿਹਾ ਮੈਂ ਵੀ ਮੈਂ ਕਿਹਾ ਸ਼ਾਮ ਦਾ ਟਾਈਮ ਹੈ ਹਾਂ ਵੀ ਹੁਣ ਗੁਰਜੀਤ ਵਧੀਆ ਸਵਾਲ ਵਧੀਆ ਪਾਤਾ ਗੁਰਜੀਤ ਨੇ ਦੇਖੋ ਮੈਂ ਨਾਲ ਤਾਂ ਹੀ ਕਲੀਅਰ ਕਰਤਾ ਕਿ ਮੇਰੇ ਕੋਲ ਸਟਾਕ 'ਚ ਹੈ ਕੀ ਕੁਝ ਹੈ ਨਾ 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 ਯਾਰ ਆਪਾਂ ਤਾਂ ਵੈਸੇ ਸ਼ਰੀਫ ਬੰਦੇ ਆ ਹਾਂ ਨਹੀਂ ਬਹੁਤ ਜ਼ਿਆਦਾ ਸ਼ਰੀਫ ਭਾਈ ਚਾਹ ਕਰਦੀ ਚਾਹੇ ਸੋ ਚਾਹ ਵੀ ਤੇ ਵੁੱਡ ਯੂ ਲਾਈਕ ਟੂ ਆਪਟ ਯੈਸ ਯੈਸ ਆਫ ਕੋਰਸ ਵਾਈ ਨਾਟ ਉਹਦੇ ਲਈ ਸਟਾਰਬਕ ਪੀਣਾ ਕਿ ਸੁਪਰ ਸਟਾਰਬਕ ਸੁਪਰ ਸਟਾਰਬਕ ਚੱਕੋ ਭਾਈ ਪ੍ਰਾਂਤਾ ਕਰ ਲਾ ਵੀ ਇੱਧਰ ਅੱਛਾ ਆ ਭਾਈ ਦੇ ਥੱਲੇ ਰੱਖਿਆ ਹੋਇਆ ਹੈ ਗਲਾਸ ਫੜ ਦੋ ਭਲਾ ਹੋ ਜੇ ਤੇ ਇਹ ਖਾਲੀ ਨਹੀਂ ਮੈਂ ਪੁਰਾਣਾ ਹੈਗਾ ਅਸੀਂ ਕਰਕੇ ਘਰ ਤੋਂ ਹੀ ਸੌਦਾ ਪੱਤਾ ਰੱਖਿਆ ਵਾ ਅੱਛਾ ਬੜਾ ਲੇਟ ਦੱਸਿਆ ਯਾਰ ਤੇ ਮੈਨੂੰ ਤਾਂ ਪਹਿਲਾਂ ਦੱਸ ਦੇਣਾ ਚਾਹੀਦਾ ਅੱਛਾ ਮੈਂ ਕਿਹਾ ਚਲ ਥੋੜੀ ਗੱਲ ਬਾਤ ਆ ਤਾਂ ਯਾਰ ਚਾਹ ਤਾਂ ਸਾਡਾ ਮਤਲਬ ਐਡਿਕਸ਼ਨ ਹੈ ਚਾਹ ਬਸ 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 ਬਹੁਤ ਤੇ ਇਹ ਹੈ ਵੀ ਹੁਣ ਮਿੱਠਾ ਪੱਤਾ ਮਿੱਠਾ ਕੋਈ ਚੱਕਰ ਹੀ ਨਹੀਂ ਹਾਂ ਇੱਕ ਤਾਂ ਕੋਈ ਪ੍ਰੋਬਲਮ ਨਹੀਂ ਹੈ ਮਿੱਠਾ ਘੱਟ ਹੋਏਗਾ ਤਾਂ ਵੀ ਬਹੁਤ ਵਧੀਆ ਪਰ ਪਿਆਰ ਬਹੁਤ ਕੋਲੇ ਜੇ ਅਸੀਂ ਵੱਧ ਹੋਏਗਾ ਤਾਂ ਵੀ ਬਹੁਤ ਵਧੀਆ ਹੈ ਇਹ ਨਾਲ ਕੀ ਖਾਣਾ ਜੀ ਖਾਣਾ ਯਾਰ ਕੁਛ ਨਹੀਂ ਨਾਚੋਸ ਨਾ ਨਾ ਕੁਛ ਨਹੀਂ ਕੁਛ ਖਾਣਾ ਨਾ 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 ਖਾਣਾ ਨਹੀਂ ਚਿਪਸ ਵੀ ਹੈਗੇ ਨੇ ਕੁਛ ਵੀ ਨਾ ਨਾ ਮਤਲਬ ਨਾ ਪੱਕਾ ਪੱਕਾ ਚਾਹ ਹੀ ਦੁੱਛੇ ਮੇਰੀ ਇਕੱਲੀ ਸਿਹਤ ਹੀ ਹੈ ਬੱਚੇ ਵੀ ਖੇਡ ਰਹੇ ਬਾਈ ਗੋਲਫ ਇੱਧਰ ਸਦੇ ਵੀ ਯਾਰ ਕਿਉਂਕਿ ਸਟਾਰਬਕ ਜਾ ਨਹੀਂ ਸਕਦੇ ਪਰ ਸੁਪਰ ਸਟਾਰਬਕ ਵਾਲਾ ਕੱਪ ਤਾਂ ਫੜ ਸਕਦੇ ਚੀਅਰਸ ਵੀ ਕਰ ਸਕਦੇ ਚੀਅਰਸ ਵੀ ਕਰ ਸਕਦੇ ਅਸੀਂ ਵਧੀਆ ਜੀ ਬਾਈ ਓ ਮਾਈ ਗੋਡ ਕਮਾਲ ਇਹ ਜਸਪਿੰਦਰ ਨੇ ਆਉਂਦੇ ਆਉਂਦੇ ਆਈਡੀਆ ਦਿੱਤਾ ਮੈਨੂੰ ਉਹ ਕਹਿੰਦੇ ਕਿ ਆਪਾਂ ਬਾਹਰ ਕਾਹਨੂੰ ਭਾਜੀ ਨੂੰ ਚਾਹ ਪਲਾਉਣੀ ਆ ਨਹੀਂ 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 ਛੋਟੀ ਭੈਣ ਨੂੰ ਜਾ ਕੇ ਕਹਿਣਾ ਵੀ ਬਹੁਤ ਮੇਰੀ ਛੋਟੀ ਭੈਣ ਹਾਂ ਇਹ ਕਲੀਅਰ ਕਰਨਾ ਜ਼ਰੂਰੀ ਹੈ ਨਹੀਂ ਮੇਰੀ ਛੋਟੀ ਭੈਣ ਹਾਂ ਬਹੁਤ ਸਵਾਦ ਚਾਹ ਮੇਰੇ ਵੱਲੋਂ ਸਪੈਸ਼ਲ ਸਪੈਸ਼ਲ ਥੈਂਕਸ ਆਪਾਂ ਦੇਖਣਾ ਭਾਜੀ ਮਾਹੌਲ ਅੰਦਰ ਵੈਸੇ ਅੱਛਾ ਚੱਲੀ ਅੰਦਰ ਬਜ਼ੁਰਗਾਂ ਵਾਲਾ ਮਾਹੌਲ ਇਹ ਵੀ ਗੱਲ ਸਹੀ ਹੈ ਜਿਵੇਂ ਕਿ ਦੱਸਿਆ ਨਾ ਆਪਾਂ ਅਗਲਾ ਜਦੋਂ ਆਪਾਂ 10 15 ਸਾਲ ਬਾਅਦ ਇੰਟਰਵਿਊ ਕਰਾਂਗੇ ਫਿਰ ਅਸੀਂ ਗੋਲਫ ਖੇਡਦੇ ਹੋਏ ਨਜ਼ਰ ਆਉਂਗੇ ਤੁਹਾਨੂੰ ਫਿਰ ਉੱਥੇ ਗੋਲਫ ਖੇਡਦੇ ਇੰਟਰਵਿਊ ਕਰਾਂਗੇ 10 ਸਾਲ ਤੱਕ ਤਾਂ ਮੇਰੇ ਭਰਾ ਨੇ ਬਣ ਜਾਣਾ ਸੁਪਰ ਡੂਪਰ ਸਟਾਰ ਭਾਜੀ ਦੱਸੋ ਤੁਸੀਂ ਇਹ ਕਹਿਤਾ ਬਸ ਮੇਰੇ ਲਈ ਤੁਸੀਂ ਖੜੇ ਹੋ ਮੇਰੇ ਨਾਲ ਨਾਲ ਆਲਵੇਜ਼ ਆਲਵੇਜ਼ ਐਂਡ ਦੈਟਸ ਅ ਬਿਗ ਥਿੰਗ ਫॉर ਮੈਂ ਇਹਦੇ ਵਿੱਚ ਹੀ ਆਪਣੇ ਆਪ ਨੂੰ ਮੈਂ ਬਹੁਤ ਪ੍ਰਾਊਡ ਫੀਲ ਕਰਦਾ ਭਾਜੀ ਜਦੋਂ ਬੰਦਾ ਤੁਹਾਨੂੰ ਮਿਲਣ ਲਈ ਰਾਜ਼ੀ ਹੋਣ ਦਾ ਖਾਸ ਤੌਰ ਤੇ ਆਪਾਂ ਇੱਥੋਂ ਆਏ ਜੀ ਆਈ ਥਿੰਕ ਇੱਥੋਂ ਹੀ ਆਏ ਸੀ ਇਧਰੋਂ ਹੀ ਆਏ ਸੀ ਇਧਰੋਂ ਹੀ ਆਏ ਸੀ ਮੈਨੂੰ ਲੱਗਦਾ ਵੀ ਅੱਗੋਂ ਸੀ ਮੈਂ ਅੱਗੋਂ ਭਾਜੀ ਚਲੋ ਫਿਰ ਅੱਗੇ ਜੀ ਕ੍ਰਿਸ਼ਨਗੜ੍ਹ ਹਾਂ ਕਿਉਂਕਿ ਮੈਂ ਹੀ ਬੜੇ ਚਿਰ ਬਾਅਦ ਆਇਆ ਇੱਧਰੋਂ ਬਣਿਆ ਵਧੀਆ ਹੋਇਆ ਸਾਰਾ ਹਾਂਜੀ ਹਾਂ ਜਿਹੜਾ ਬਹੁਤ ਵੱਡਾ ਏਰੀਆ ਹੈ ਬਹੁਤ ਵੱਡਾ ਕਿੱਥੋਂ ਤੱਕ ਸ਼ੁਰੂ ਆਪਾਂ ਕਿੱਥੋਂ ਸ਼ੁਰੂ ਕਰਦੇ ਇੰਨੀ ਜਗ੍ਹਾ ਦਿੱਲੀ ਹੁੰਦੀ ਨਾ ਇਹਨਾਂ ਨੇ ਉੱਥੇ ਅਪਾਰਟਮੈਂਟ ਪਾ ਲੈਣੇ ਸੀ ਭਾਜੀ ਮੈਨੂੰ ਇਹ ਮੈਂ ਜਦੋਂ ਵੀ ਤੁਹਾਡੀ ਗੱਲ ਹੁੰਦੀ ਹੈ ਜਾਂ ਸਰ ਦੀ ਗੱਲ ਹੁੰਦੀ ਹੈ
ਤੇ ਇੱਕ ਗੱਲ ਦਿਮਾਗ ਚ ਆਉਂਦੀ ਹੈ ਵੀ ਮੈਨੂੰ ਕਿਸੇ ਨੇ ਦੱਸਿਆ ਵੀ ਉਦੋਂ ਕੈਸਟਸ ਉਹਨਾਂ ਦੇ ਨਾਮ ਤੋਂ ਵਿਕਦੀਆਂ ਸੀ ਬਿਲਕੁਲ ਉਹਨਾਂ ਦੇ ਨਾਮ ਤੋਂ ਕੈਸਟ ਟੇਪ ਦੇ ਉੱਤੇ ਚਰਨਜੀਤ ਅਹੁਜਾ ਜੀ ਦਾ ਨਾਮ ਲਿਖਿਆ ਹੋਇਆ ਤਾਂ ਇਹ ਤਾਂ ਫਿਰ ਖਰੀਦ ਹਾਂ ਉਦੋਂ ਉਦੋਂ ਜਦੋਂ ਮਤਲਬ ਇਕਦਮ ਪ੍ਰਾਈਮ ਪੀਕ ਟਾਈਮ ਸੀਗਾ ਉਹਨਾਂ ਦਾ 90s ਦੀ ਗੱਲ ਹੈ ਲੋਕ ਇਹ ਨਹੀਂ ਸੁਣਦੇ ਸੀ ਜਾਂ ਪੁੱਛਦੇ ਸੀ ਵੀ ਕਲਾਕਾਰ ਕੌਣ ਹੈ ਹਾਂ ਉਹ ਕੈਸਟ ਤੇ ਡੈਡ ਦੀ ਫੋਟੋ ਦੇਖਦੇ ਸੀ ਸਹੀ ਹੈ ਅਹੁਜਾ ਸਾਹਿਬ ਦਾ ਮਿਊਜ਼ਿਕ ਹੈ ਦੇ ਦਿਓ ਵਧੀਆ ਹੀ ਹੋਣੀ ਹਾਂ ਸੋ ਇਹ ਬਹੁਤ ਵੱਡੀ ਗੱਲ ਹੈ ਇਹ ਜੋ ਸਤਿਕਾਰ ਹੈ ਜਾਂ ਜੋ ਰਿਸਪੈਕਟ ਹੈ ਇਹ ਹੋਰ ਪੰਜਾਬੀ ਇੰਡਸਟਰੀ ਚ ਕਿਸੇ ਕਿਸੇ ਨੂੰ ਮੇਰੇ ਖਿਆਲ ਚ ਅੱਜ ਦੇ ਹਿੱਸੇ ਨਹੀਂ ਹਾਂ ਮਿਊਜ਼ਿਕ ਡਾਇਰੈਕਟਰ ਮਿਊਜ਼ਿਕ ਕੰਪੋਜ਼ਰ ਦੇ ਨਾਮ ਤੋਂ ਕੈਸਟਸ ਵਿਕਣੀਆਂ ਮੇਰੇ ਖਿਆਲ ਚ ਇਹ ਉਹਨਾਂ ਦੇ ਨਾਮ ਤੋਂ ਵਿਕੀਆਂ ਵਿਕੀਆਂ ਵੀ ਮਤਲਬ ਇਦਾਂ ਨਹੀਂ ਬਹੁਤ ਵਿਕੀਆਂ ਮਤਲਬ ਕਰੋੜਾਂ ਦੀ ਕੁਆਂਟੀਟੀ ਕਹਿ ਸਕਦੇ ਹਾਂ ਆਪਾਂ ਸਹੀ ਗੱਲ ਹੈ ਉਹ ਫੀਲਿੰਗ ਹੀ ਨਹੀਂ ਲਈ ਟੌਰ ਕੱਢ ਕੇ ਪਰ ਪਤਾ ਨੀ ਹੁੰਦਾ ਹੀ ਨੀ ਮੇਰੇ ਤੋਂ ਮੇਰੇ ਅੰਦਰ ਹੈ ਹੀ ਨੀ ਉਹ ਚੀਜ਼ ਸ਼ਾਇਦ ਉਹੀ ਤੁਹਾਡੀ ਮਤਲਬ ਤੁਸੀਂ ਕਹਿੰਦੇ ਬੇਸ ਪਰਵਰਿਸ਼ ਉਦਾਂ ਦੀ ਨਹੀਂ ਹੈਗੀ ਹੈ ਮਤਲਬ ਯਾਰ ਠੀਕ ਹੈ ਅੱਛਾ ਭਾਜੀ ਹੁਣ ਆਪਾਂ ਇੱਦਾਂ ਕਰਦੇ ਹਾਂ ਗਾਣੇ ਗੁਣੇ ਲਾਉਣੇ ਨਾਲੇ ਮਾੜਾ ਮੋਟਾ ਹੈ ਨਾ ਨੱਚਣ ਟੱਪਣ ਵੀ ਚਲਾਉਂਦੇ ਹਾਂ ਤੇ ਗੱਡੀ 'ਚ ਬਹਿ ਕੇ ਤੁਸੀਂ ਚਾਹ ਪੀ ਲਓ ਪਹਿਲਾਂ ਥੋੜ੍ਹੇ ਗਰਮ ਹੋ ਜਾਓਗੇ ਨਾ ਮੈਂ ਗਰਮ ਕਹਿੰਦਾ ਦੋ ਘੁੱਟ ਲਾ ਲਈਏ ਫਿਰ ਥੋੜ੍ਹੇ ਭੰਗੜੇ ਬਣ ਜਾਓ ਕਿਉਂ ਚਾਹ ਤਾਂ ਦੋ ਘੁੱਟ ਅਸੀਂ ਹੁਣ ਲਾ ਲੈਣੇ ਚੁਸਕੀਆਂ ਭਰ ਲਈਆਂ ਤੁਹਾਨੂੰ ਕਲੀਅਰ ਕਰ ਦਈਏ ਅਸੀਂ ਤੇ ਦੇਖ ਲਓ ਯਾਰ ਚਾਹ ਹੀ ਹੈ ਇਹਦੇ ਅੰਦਰ ਹਾਂ ਹੋਰ ਨਾ ਕਿਤੇ ਅੱਛਾ ਖੜ ਜਾਓ ਇਹ ਆਹ ਲਓ ਹੁਣ ਦੇਖ ਲਓ ਪੰਜਾਬ ਦੀਆਂ ਬਹੁਤ ਸਾਰੀਆਂ ਯਾਦਾਂ ਨੇ ਜਿਹੜੀਆਂ ਕਿ ਮੇਰੇ ਗੱਲ ਚ ਸਹੀ ਗੱਲ ਹਮੇਸ਼ਾ ਨਾਲ ਰਹਿਣੀਆਂ ਨੇ ਬਹੁਤ ਭਾਜੀ ਇੱਕ ਮੈਨੂੰ ਨਾ ਤੁਸੀਂ ਇੰਨੇ ਹੁਣ ਮਤਲਬ ਗਾਣੇ ਜਿਹੜੇ ਨਾ ਉਹ ਕੀਤੇ ਕੰਪੋਜ਼ ਕੀਤੇ ਨੇ ਡਾਇਰੈਕਟ ਕੀਤੇ ਨੇ ਤੇ ਲੈਟਸ ਗੋ ਇੱਕ ਰੈਂਡਮ ਰੈਪਿਡ ਫਾਇਰ ਜਿਹਾ ਕਰਦੇ ਹਾਂ ਆਪਾਂ ਹੈ ਨਾ ਮੈਂ ਇੱਕ ਸਿੰਗਰ ਦਾ ਨਾਮ ਲਵਾਂਗਾ ਤੁਸੀਂ ਮਤਲਬ ਨਾਲ ਦੀ ਨਾ ਰੈਪਿਡ ਫਾਇਰ ਮਤਲਬ ਸੁਪਰ ਰੈਪਿਡ ਫਾਇਰ ਓਕੇ ਤੁਸੀਂ ਉਹਨਾਂ ਦਾ ਗਾਣਾ ਜਿਹੜਾ ਵੀ ਪਹਿਲਾ ਗਾਣਾ ਜ਼ਬਾਨ ਤੇ ਆ ਗਿਆ ਅੱਛਾ ਉਹ ਜਿੱਦਾਂ ਮੈਂ ਤੁਸੀਂ ਮੈਨੂੰ ਯਾਦ ਆਇਆ ਯਾਦ ਆ ਗਿਆ ਹੈ ਨਾ ਸੋ ਲੈਟਸ ਸਟਾਰਟ ਵਿਦ ਗੁਰਦਾਸ ਮਾਨ ਜੀ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲੱਗਦੀ ਦੁਪਹਿਰ ਕਿੰਨੀ ਚੰਗੀ ਲੱਗਦੀ ਦੁਪਹਿਰ ਯੋ ਯੋ ਹਨੀ ਸਿੰਘ ਚਾਰ ਬੋਟਲ ਵੋਡਕਾ ਕਾਮ ਮੇਰਾ ਰੋਜ਼ ਕਾ ਨਾਨਾ ਡਾਂਡਾ ਡੂਟਾ ਟੇਟਣ ਦਿੱਟਾ ਪੂਪਾ ਚਾਰ ਬੋਟਲ ਵੋਡਕਾ ਲਿਰਿਕਸ ਯਾਰ ਹਰਪਾ ਜਨਮਾਨ ਤੇਰੀ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਕੁੜੇ ਹੈ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਕੁੜੇ ਹੰਸਰਾਜ ਜੀ ਹੰਸਰਾਜ ਜੀ ਉਹ ਆਪਣਾ ਪੁੱਤ ਵਡਾਉਣ ਜ਼ਮੀਨਾਂ ਤੀਆਂ ਦੁੱਖ ਵਡਾਉਂਦੀਆਂ ਨੇ ਦਲਜੀਤ ਦੋਸਾਂਝ ਸੂਰਮਾ ਪੰਜਾਬ ਨੂੰ ਬਿਲੋਂਗ ਕਰਦਾ ਨਾ ਬਾਦਸ਼ਾਹ ਕੁੜੀ ਸੈਟਰਡੇ ਸੈਟਰਡੇ ਕਰਦੀ ਹੁੰਦੀ ਆ ਕੁੜੀ ਸੈਟਰਡੇ ਸੈਟਰਡੇ ਲਖਵਿੰਦਰ ਬਡਾਲੀ ਤੇਰੇ ਬਿਨਾ ਰਾਂਝਣਾ ਵਹੀਰ ਕਿਹੜੇ ਕੰਮ ਦੀ ਮਾਸ ਸਲੀਮ ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ ਬੱਬੂ ਮਾਨ ਸੌਣ ਦੀ ਜੜੀ ਨੀ ਲੱਗੀ ਸੌਣ ਦੀ ਜੜੀ
ਤੂੰ ਵੀ ਘੜੀ ਕੋਠਿਆਂ ਨੇ ਜੰਦ ਤੇ ਚੜੀ ਮੇਰੇ ਦਿਲ ਵਿੱਚ ਆਇਆ ਖਿਆਲ ਇੱਕ ਨੱਚਣੇ ਨੂੰ ਜੀ ਕਰਦੇ ਵਾਹ ਸੌਣ ਦੀ ਚੜੀ ਦੇ ਵਿੱਚ ਤੇਰੇ ਨਾਲ ਨੱਚਣੇ ਨੂੰ ਕਿਆ ਬਾਤ ਹੈ ਭਾਈ ਇਹ ਤਾਂ ਤੁਸੀਂ ਕਮਾਲ ਕਰਤੀ ਹੈ ਮੈਂ ਕਮਾਲ ਦਾ ਹੀ ਬੰਦਾ ਮੈਂ ਕਮਾਲ ਭਾਜੀ ਮਤਲਬ ਹੋਰ ਲਾਸਟ ਇੱਕ ਹੁੰਦਾ ਨਾ ਬੰਦੇ ਦਾ ਵੀ ਮੈਂ ਇਹ ਤਾਂ ਵੈਸੇ ਸੀਰੀਅਸ ਵਾਲਾ ਕੁਐਸਚਨ ਹੋ ਜਾਣਾ ਨਹੀਂ ਨਹੀਂ ਪੁੱਛ ਲੈ ਹੁਣ ਆ ਗਿਆ ਇਦਾਂ ਕਰਕੇ ਸੋ ਵਟ ਇਜ਼ ਦਾ ਕ੍ਰਕਸ ਆਫ ਲਾਈਫ ਜਿਹੜਾ ਤੁਸੀਂ ਇਹ ਪਿਛਲੇ ਲੋਕਡਾਊਨ ਦੇ ਵਿੱਚ ਦੇਖ ਮਤਲਬ ਆਪਣੇ ਆਪ ਨੂੰ ਕਾਊਂਟ ਕੀਤਾ ਜਾਂ ਡਿਸਕਵਰ ਕਰਿਆ ਕਿਉਂਕਿ 3 ਮਹੀਨਿਆਂ 'ਚ ਹਰੇਕ ਦੀ ਆਪਣੀ ਥਿਊਰੀ ਬਣ ਗਈ ਹਰੇਕ ਬੰਦੇ ਦੀ ਯਾਰ ਜ਼ਿੰਦਗੀ ਤਾਂ ਵੀਰੇ ਆਹ ਅਸਲ 'ਚ ਤੁਹਾਡੇ ਲਈ ਜ਼ਿੰਦਗੀ ਕੀ ਆ ਅਸਲ 'ਚ ਯਾਰ ਲੋਕਡਾਊਨ 'ਚ ਦੇਖੋ ਮੈਂ ਤੁਹਾਨੂੰ ਇੱਕ ਨਾ ਚੀਜ਼ ਦੱਸਦਾ ਲੋਕਡਾਊਨ ਨੇ ਮੈਨੂੰ ਇੱਦਾਂ ਲੱਗਦਾ ਹੈ ਕਿ ਮੇਰੇ 'ਤੇ ਤਾਂ ਬਹੁਤ ਜ਼ਿਆਦਾ ਕੋਈ ਫ਼ਰਕ ਮੈਨੂੰ ਤਾਂ ਪਿਆ ਨਹੀਂ ਓਕੇ ਉਹਦਾ ਰੀਜ਼ਨ ਮੈਂ ਦੱਸਦਾ ਅਸੀਂ ਹੈਗੇ ਹਾਂ ਬਿਹਾਈਂਡ ਦਾ ਸਕਰੀਨ ਕੰਮ ਕਰਨ ਵਾਲੇ ਲੋਕ ਠੀਕ ਹੈ ਜੀ ਜੋ ਇੱਕ ਮਿਊਜ਼ਿਕ ਪ੍ਰੋਡਿਊਸਰ ਮਿਊਜ਼ਿਕ ਪ੍ਰੋਗਰਾਮਰ ਸਾਡੀ ਤਾਂ ਲਾਈਫ ਵੈਸੇ ਹੀ ਅੱਧੀ ਜ਼ਿੰਦਗੀ ਕੁਆਰੰਟੀਨ ਹੁੰਦੀ ਹੈ ਸਾਰਾ ਦਿਨ ਤਾਂ ਅਸੀਂ ਸਟੂਡੀਓ ਦੇ ਅੰਦਰ ਰਹਿੰਦੇ ਹਾਂ ਮਿਹਨਤ ਕਰਨੀ ਚਾਹੀਦੀ ਹੈ ਨਾਮ ਬਣਾਉਣਾ ਚਾਹੀਦਾ ਸਭ ਕੁਛ ਜ਼ਰੂਰੀ ਹੈ ਸਭ ਕੁਛ ਇੰਪੋਰਟੈਂਟ ਹੈ ਬਟ ਉਹ ਸਾਰੀ ਭੱਜ ਨੱਠ ਦੇ ਅੰਦਰ ਅਸੀਂ ਜ਼ਿੰਦਗੀ ਜੀਣਾ ਭੁੱਲ ਜਾਂਦੇ ਹਾਂ ਰਾਈਟ ਭਾਜੀ ਸੋ ਲੋਕਡਾਊਨ 'ਚ ਮੇਰੇ ਖਿਆਲ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੀ ਲੋਕਾਂ ਨੂੰ ਮੈਨੂੰ ਵੀ ਰਿਅਲਾਈਜ਼ ਹੋਇਆ ਹੋਰਾਂ ਨੂੰ ਵੀ ਹੋਇਆ ਹੋਏਗਾ ਕਿ ਲਾਈਫ ਜੀਣੀ ਚਾਹੀਦੀ ਕੱਟਣੀ ਨਹੀਂ ਚਾਹੀਦੀ ਸਹੀ ਗੱਲ ਹੈ ਵਾਕਈ ਔਰ ਦੂਸਰੀ ਚੀਜ਼ ਜੋ ਮੈਨੂੰ ਲੱਗੀ ਕਿ ਹਰ ਬੰਦੇ ਦੇ ਅੰਦਰ ਇੱਕ ਹਲਵਾਈ ਹੈ ਹਲਵਾਈ ਚੰਗੇ ਸੀਗੇ ਕਈਆਂ ਦੇ ਬਹੁਤ ਹੀ ਵਾਹੀਆਤ ਹਲਵਾਈ ਸੀਗੇ ਇਸ ਕਰਕੇ ਲੋਕਾਂ ਨੇ ਬਹੁਤ ਕਈਆਂ ਨੇ ਸਵਾਦ ਵੀ ਲਿਆ ਕਈ ਲੋਕਾਂ ਨੇ ਬਹੁਤ ਆਪਣੇ ਘਰਦਿਆਂ ਨੂੰ ਟੌਰਚਰ ਵੀ ਕੀਤਾ ਬਣਾ ਬਣਾ ਕੇ ਚੀਜ਼ਾਂ ਕੋਈ ਖੁਦਾ ਦਾ ਖੌਫ ਖੌਫ ਯਾਰ ਬਸ ਕਰੋ ਹੁਣ ਟੌਰਚਰ ਕਰਨਾ ਅੱਛਾ ਜੇ ਜੇ ਇੱਕ ਇੱਕ ਜਣਾ ਕੋਈ ਪਾਉਂਦਾ ਸੀ ਫਰਜ਼ ਕਰੋ ਦੂਜਾ ਆਪਣੇ ਵਰਗਾ ਦੇਖ ਲੈਂਦਾ ਹੁਣ ਨਾ ਬਣਾਉਣੀ ਆਉਂਦੇ ਹੋਵੇ ਉਹਦੇ ਘਰ 'ਚ ਕਿਸੇ ਨੂੰ ਬਸ ਉਹ ਫਿਰ ਹੋਰ ਡਿਪਰੈਸ਼ਨ ਚਲੇ ਜਾਂਦਾ ਸਭ ਤੋਂ ਬੁਰਾ ਪਤਾ ਕਿਹਦੇ ਨਾਲ ਹੋਇਆ ਲੋਕਡਾਊਨ 'ਚ ਹਾਂਜੀ ਘਰ 'ਚ ਜੋ ਲੇਡੀਜ਼ ਹੁੰਦੀਆਂ ਨਾ ਚਾਹੇ ਉਹ ਸਾਡੀ ਵਾਈਫ ਨੇ ਮਦਰ ਸਿਸਟਰ ਜੋ ਵੀ ਨੇ ਬੁਰਾ ਇਹ ਹੋਇਆ ਕਿ ਉਹ ਵਿਚਾਰੇ ਤਾਂ ਪਹਿਲੇ ਘਰ ਦੇ ਕੰਮ ਕਰ ਕਰਕੇ ਅੱਗੇ ਹੁੰਦੇ ਆ ਲੋਕਡਾਊਨ 'ਚ ਹੁਣ ਬੱਚੇ ਘਰ ਹਾਂਜੀ ਜੋ ਘਰ ਦੇ ਮੇਲ ਮੈਂਬਰ ਹੈਗੇ ਉਹ ਘਰ ਸਹੀ ਗੱਲ ਹੈ ਠੀਕ ਹੈ ਜੀ ਕਰਨਾ ਕਿਸੇ ਨੇ ਟੱਕਾ ਕਿਸੇ ਨੇ ਨਹੀਂ ਤੋੜਨਾ ਹੁੰਦਾ ਸਾਰਿਆਂ ਨੇ ਆਰਡਰ ਲਾਣੇ ਹੁੰਦੇ ਆ ਮੰਮੀ ਚਾਏ ਬਣਾ ਦੋ ਮੰਮੀ ਰੋਟੀ ਬਣਾ ਦੋ ਉਹ ਫਿਰ ਹਸਬੈਂਡ ਨੇ ਵੀ ਕਹਿਣਾ ਉਹ ਮੇਰੇ ਲਈ ਹੁਣ ਆਹ ਬਣਾ ਦੇ ਮੇਰੇ ਲਈ ਹੁਣ ਸਨੈਕਸ ਬਣਾ ਦੇ ਮੇਰੇ ਲਈ ਹੁਣ ਇਹ ਕਰ ਦੇ ਮੇਰੇ ਲਈ ਉਸ ਤੋਂ ਇਲਾਵਾ ਬੱਚਿਆਂ ਨੂੰ ਪੜ੍ਹਾਉਣਾ ਬੱਚਿਆਂ ਨਾਲ ਹੋਰ ਲੁੱਕ ਆਫਟਰ ਕਰਨਾ ਘਰ ਦੇ ਸਾਰੀ ਸਾਫ਼ ਸਫਾਈ ਐਗਜੈਕਟਲੀ ਮਤਲਬ ਇੰਨੇ ਕੰਮ ਯਾਰ ਉਹਨਾਂ ਦੇ ਕੋਲ ਆਪਣੇ ਕੋਲ ਰੋਟੀ ਖਾਣ ਦਾ ਟਾਈਮ ਨਹੀਂ ਐਗਜੈਕਟਲੀ ਔਰ ਕਮਾਲ ਦੀ ਸਭ ਤੋਂ ਪਤਾ ਕੀ ਗੱਲ ਹੈ ਗੁਰਜੀਤ ਮੈਂ ਹੁਣ ਥੋੜ੍ਹਾ ਜਿਹਾ ਇਸ ਚੀਜ਼ 'ਤੇ ਸੀਰੀਅਸ ਹੋ ਗਿਆ ਕਿ ਉਹਨਾਂ ਨੂੰ ਕੋਈ ਥੈਂਕਸ ਨਹੀਂ ਕਰਦਾ ਮਤਲਬ ਥੈਂਕਲੈਸ ਜੋਬ ਹੈ ਉਹ ਐਕਸਪੈਕਟ ਵੀ ਨਹੀਂ ਕਰਦੇ ਕੋਈ ਥੈਂਕਸ ਕਰੇ ਲੇਕਿਨ ਥੈਂਕਸ ਕਰਨਾ ਚਾਹੀਦਾ ਹੈ ਅਸੀਂ ਜਦੋਂ ਲੋਕਡਾਊਨ ਹੋਇਆ ਲੋਕਡਾਊਨ 'ਚ ਡਾਕਟਰਾਂ ਦੀ ਬਹੁਤ ਵੱਡਾ ਰੋਲ ਰਿਹਾ ਹਾਂਜੀ ਜਿਹੜੇ ਫਰੰਟ ਲਾਈਨ ਵਰਕਰ ਸੀਗੇ ਜਿੰਨੇ ਵੀ ਸਹੀ ਹੈ ਸਾਰਿਆਂ ਦਾ ਅਸੀਂ ਸਾਰਿਆਂ ਦਾ ਥੈਂਕਸ ਕੀਤਾ ਗਾਣੇ ਬਣਾਏ ਵਾਕਈ ਵਾਕਈ ਅਸੀਂ ਉਹਨਾਂ ਦੇ ਲਈ ਪੋਸਟਾਂ ਪਾਈਆਂ ਅਸੀਂ ਕਿਆ ਕੁਝ ਨਹੀਂ ਕੀਤਾ ਬਿਲਕੁਲ ਕਿਆ ਘਰ ਦੀ ਲੇਡੀਜ਼ ਲਈ ਕਿਸੇ ਨੇ ਥੈਂਕਸ ਕੀਤਾ ਕਿਸੇ ਨੇ ਪੋਸਟ ਪਾਈ ਕਿਸੇ ਨੇ ਨਹੀਂ ਪਾਈ ਮੈਂ ਪਾਈ ਸੀ ਮੇਰੇ ਵੱਲੋਂ ਤਾਂ ਸਾਰੀ ਦੁਨੀਆ ਦੀਆਂ ਮਾਵਾਂ ਨੂੰ ਭੈਣਾਂ ਨੂੰ ਧੀਆਂ ਨੂੰ ਵਾਕਈ ਸਭ ਦਾ ਬਹੁਤ ਬਹੁਤ ਥੈਂਕਸ ਸਹੀ ਗੱਲ ਹੈ ਸੇਮ ਹੇਅਰ ਥੈਂਕਸ ਫਰਮ ਮੀ ਸੀਗੀ ਕਿ ਇਟਸ ਨੋਟ ਅਬਾਊਟ ਕਿ ਲੋਕਡਾਊਨ ਵਿੱਚ ਤੁਸੀਂ ਕੰਟਰੀਬਿਊਟ ਕੀਤਾ ਹੈਲਪ ਆਊਟ ਕੀਤੀ ਹੈ ਹਾਂਜੀ ਪੁਲਿਸ ਪੰਜਾਬ ਪੁਲਿਸ ਦੇ ਨਾਲ ਰਲ ਕੇ ਕੀਤੀ ਹੈ ਹਾਂਜੀ ਐਂਡ ਆਈ ਰਿਮੈਂਬਰ ਕਿ ਤੁਸੀਂ ਜਦੋਂ ਆਪਣਾ ਨੋਟਬੰਦੀ ਹੋਈ ਸੀਗੀ ਹਾਂਜੀ ਦਿੱਲੀ ਦੇ ਵਿੱਚ ਸੀਗੇ ਉਦੋਂ ਤੁਸੀਂ ਉਦੋਂ ਤੁਸੀਂ ਲਾਈਨਾਂ ਵਿੱਚ ਲੱਗੇ ਹੈ ਲੋਕਾਂ ਦੀ ਬੜੀ ਸੇਵਾ ਕਰੀ ਦੈਟਸ ਸੋ ਅਮੇਜ਼ਿੰਗ ਭਾਜੀ ਮਤਲਬ ਬਹੁਤ ਬਿਊਟੀਫੁਲ ਐਫਰਟਸ ਤੁਹਾਡੇ ਰਹੇ ਦੇਖੋ ਮਤਲਬ ਅਸੀਂ ਕੌਣ ਹੁੰਦੇ ਹਾਂ ਕਿਸੇ ਨੂੰ ਦੇਣ ਵਾਲੇ ਜਾਂ ਕੌਣ ਪਰਮਾਤਮਾ ਦਿੰਦਾ ਉਹ ਕਰਨ ਵਾਲਾ ਉਹੀ ਦੇਣ ਵਾਲਾ ਹੈ ਨਾ ਰਾਈਟ ਐਸੇ ਟਾਈਮ 'ਤੇ ਜੇ ਪਰਮਾਤਮਾ ਨੇ ਸਾਨੂੰ ਕਿਸੇ ਯੋਗਾ ਬਣਾਇਆ ਤਾਂ ਅਸੀਂ ਜੇ ਕਿਸੇ ਇੱਕ ਵੀ ਬੰਦੇ ਦੀ ਮਦਦ ਕਰ ਸਕੀਏ ਜਾਂ ਕਿਸੇ ਦੇ ਕੰਮ ਆ ਸਕੀਏ ਤਾਂ ਮੈਨੂੰ ਲੱਗਦਾ ਹੈ ਕਿ
ਜ਼ਿੰਦਗੀ ਸਫਲ ਹੈ ਸਾਡੀ ਉਹਦੇ ਨਾਲ। ਤੇ ਮੈਨੂੰ ਬਹੁਤਾ ਸ਼ੌਂਕ ਹੈ ਨਹੀਂ ਕਿ ਮੈਂ ਆਪਣੇ ਆਪ ਨੂੰ ਪਬਲਿਸਾਈਜ਼ ਕਰਾਂ ਜਾਂ ਉਹ ਇੱਕ ਵਾਰੀ ਬਸ ਉਹ ਉੱਥੇ ਜਰਨਲਿਸਟ ਪਤਾ ਨਹੀਂ ਕਿੱਥੋਂ ਫੋਟੋ ਖਿੱਚ ਗਈ ਕਿੱਥੋਂ ਕੀ ਹੋਇਆ ਉਹ ਅਖਬਾਰ ਅਖਬੂਰ ਜਾ ਕੇ ਸਾਰਿਆਂ ਨੂੰ ਪਤਾ ਲੱਗ ਗਿਆ ਅਤੇ ਬਟ ਮੈਨੂੰ ਇੱਦਾਂ ਮੈਨੂੰ ਕਦੇ ਕੀ ਦੱਸਣਾ ਕਿਸੇ ਨੂੰ। ਅਸੀਂ ਤਾਂ ਪਰਮਾਤਮਾ ਨੂੰ ਮੰਨਣ ਵਾਲੇ ਹਾਂ ਯਾਰ, ਪਰਮਾਤਮਾ ਨੂੰ ਪਿਆਰ ਕਰਨ ਵਾਲੇ, ਪਰਮਾਤਮਾ ਤੋਂ ਡਰਨ ਵਾਲੇ ਨਹੀਂ ਹਾਂ, ਪਿਆਰ ਕਰਨ ਵਾਲੇ। ਸੋ ਅਸੀਂ ਪਰਮਾਤਮਾ ਨੂੰ ਪਿਆਰ ਕਰਦੇ ਹਾਂ, ਪਰਮਾਤਮਾ ਸਾਨੂੰ ਮਤਲਬ ਇਹ ਯਾਰ ਬੜੀਆਂ ਡੂੰਘੀਆਂ ਗੱਲਾਂ ਹੈ ਬੇਸਿਕਲੀ। ਸੋ ਮੈਂ ਤਾਂ ਆਪਣੇ ਐਕਸਪੀਰੀਅੰਸ ਹੀ ਸ਼ੇਅਰ ਕਰ ਰਿਹਾ, ਫਿਰ ਕਹਿੰਦੇ ਇਸ ਬਾਰੇ ਆਰਾਮ ਨਾਲ ਇੱਕ ਪੂਰਾ ਐਪੀਸੋਡ ਕਰ, ਐਪੀਸੋਡ ਹੋਏਗਾ ਇਹਦੇ ਨਾਲ। ਟੂ ਬੀ ਵੈਰੀ ਓਨੈਸਟ, ਆਈ ਐਮ ਅ ਫੈਮਿਲੀ ਗਾਏ, ਫੈਮਿਲੀ ਮੈਨ। ਮੈਨੂੰ ਆਪਣੇ ਬੱਚਿਆਂ ਨਾਲ, ਆਪਣੇ ਮਾਂ ਬਾਪ ਨਾਲ, ਆਪਣੇ ਭਰਾਵਾਂ ਨਾਲ, ਬਿਊਟੀਫੁਲ ਫਾਈ ਸਾਡੀ ਜੁਆਇੰਟ ਫੈਮਿਲੀ ਹੈ। ਹਾਂ ਅਸੀਂ ਇਕੱਠੇ ਰਹਿੰਦੇ ਹਾਂ, ਫੈਮਿਲੀ ਬ੍ਰਦਰ ਮੇਰੇ ਦੋਨੋਂ ਮੇਰੇ ਤੋਂ ਛੋਟੇ ਨਾਲ ਰਹਿੰਦੇ ਹੈ। ਔਰ ਮਤਲਬ ਮੈਂ ਇੰਨਾ ਖੁਸ਼ਕਿਸਮਤ ਹਾਂ ਕਿ ਮੇਰੇ ਤੋਂ ਛੋਟੇ ਜ਼ਿਆਦਾ ਏਜ ਗੈਪ ਨਹੀਂ ਹੈ, ਪੰਕਜ ਮੇਰੇ ਤੋਂ 2 ਸਾਲ ਛੋਟਾ, ਕੁਛ ਮੇਰੇ ਤੋਂ 4 ਸਾਲ ਛੋਟਾ, ਲੇਕਿਨ ਮੇਰੀ ਇੱਜ਼ਤ ਉਹ ਬਾਪ ਦੀ ਤਰ੍ਹਾਂ ਕਰਦੇ, ਜਿੰਨੀ ਇੱਜ਼ਤ ਉਹ ਜਿੰਨੀ ਇੱਜ਼ਤ ਉਹ ਕਰਦੇ ਹੈ ਸਾਡੇ ਫਾਦਰ ਸਾਹਿਬ ਦੀ, ਉਨੀ ਇੱਜ਼ਤ ਹੀ ਮੇਰੀ ਕਰਦੇ ਆ। ਸੋ ਫਿਰ ਇਸ ਤੋਂ ਜ਼ਿਆਦਾ ਭਾਗਾਂ ਵਾਲਾ ਬੰਦਾ ਕੌਣ ਹੋ ਸਕਦਾ। ਐਵ ਸੀਨ ਭਾਅ ਜੀ, ਅਸੀਂ ਜਦੋਂ ਆਪਾਂ ਦਿੱਲੀ ਇਕੱਠੇ ਹੋਏ ਸੀ ਸਾਰੇ ਜਣੇ, ਤੁਸੀਂ ਮਿਲੇ ਹੀ ਹੋ ਫੈਮਿਲੀ, ਉਹਨਾਂ ਨੇ ਪ੍ਰੋਪਰ ਸਰਵ ਕੀਤਾ ਖੁਦ ਭਾਅ ਜੀ, ਉਹਨਾਂ ਨੇ ਪੰਕਜ ਭਾਅ ਜੀ ਨੇ, ਕੁਛ ਭਾਅ ਜੀ ਨੇ, ਬੱਚੇ ਬੱਚੇ ਵੀ ਲੱਗੇ ਹੋਏ ਸੀ ਵਿੱਚ। ਸੋ ਦੈਟ ਵਾਸ ਵੈਰੀ ਬਿਊਟੀਫੁਲ, ਮੇਰੇ ਲਈ ਉਹ ਬੜਾ ਵਧੀਆ ਪਲ ਸੀਗਾ ਉਦੋਂ ਵੀ। ਮੇਰਾ ਬੈਸਟ ਫਰੈਂਡ ਰਿਹਾ ਮੇਰਾ ਭਰਾ ਪੰਕਜ। ਅੱਛਾ ਜੀ, ਕਿਉਂਕਿ 2 ਸਾਲ ਦਾ ਏਜ ਗੈਪ ਤਾਂ ਕੁਛ ਵੀ ਨਹੀਂ ਹੁੰਦਾ, ਅਸੀਂ ਇਕੱਠੇ ਘੁੰਮਣ ਜਾਣਾ, ਇਕੱਠੇ ਖਾਣਾ ਪੀਣਾ ਸਭ ਇਕੱਠੇ। ਓਕੇ, ਸੋ ਮਤਲਬ ਹੀ ਇਜ਼ ਕਲੋਜ਼ੈਸਟ ਟੂ ਮੀ। ਵਾਹ ਜੀ ਵਾਹ, ਦੈਟਸ ਭਾਅ ਜੀ ਆਪਾਂ ਹੁਣ ਆਲਮੋਸਟ ਬੈਕ ਟੂ ਆ ਗਏ ਹਾਂ ਜਿੱਥੋਂ ਆਪਾਂ ਸ਼ੁਰੂ ਹੋਏ ਸੀਗੇ, ਬੈਕ ਟੂ ਪਵੇਲੀਅਨ। ਹਾਂ ਜੀ, ਅਤੇ ਅੱਜ ਜਿੰਨੀ ਕਿਹੜੀ ਮੈਂ ਲਵਾ ਸਕਿਆ ਲਾਈਟ ਜਿਹੜੀ ਆਪਣੀ ਜਾ ਰਹੀ ਸੀ, ਉਹਦੇ ਅਕੋਰਡਿੰਗ ਹੀ, ਬਟ ਬਹੁਤ ਮਜ਼ਾ ਆਇਆ ਯਾਰ। ਰੀਅਲੀ ਹੋਪ ਕਿ ਤੁਸੀਂ ਕੁਝ ਨਵੀਆਂ ਜਗ੍ਹਾਵਾਂ ਜਿਹੜੀਆਂ ਮਤਲਬ ਐਕਸਪਲੋਰ ਕੀਤੀਆਂ ਨੇ। ਹਾਂ, ਮੈਂ ਉਹ ਯੂਨੀਵਰਸਿਟੀ ਜ਼ਰੂਰ ਲੈ ਕੇ ਜਾਊਂਗਾ। ਹਾਂ ਡੈਫੀਨਿਟਲੀ, ਇੱਕ ਨਾ ਉੱਥੇ 23 ਸੈਕਟਰ ਦੇ ਗੋਲ ਗੱਪੇ ਵੀ ਖਾਣੇ ਆ। ਹਾਂ, ਉਹ ਤੁਸੀਂ ਜਦੋਂ ਵੀ ਟਾਈਮ ਲੱਗਿਆ ਤੁਹਾਨੂੰ ਵੱਟੇ ਚੱਕ ਦੇਣੇ। ਹਾਂ ਹਾਂ, ਅੱਛਾ ਇੱਕ ਇੱਕ ਆਈਸਕ੍ਰੀਮ ਬੜੀ ਮਸ਼ਹੂਰ ਆ 20 ਸੈਕਟਰ 'ਚ। ਅੱਛਾ, 20 ਸੈਕਟਰ ਯਾਦ ਰੱਖਿਓ ਜੀ, ਤੁਹਾਨੂੰ ਮਤਲਬ ਘੱਟ ਪੈਸੇ 'ਚ ਨਾ ਐ ਭਰ ਭਰ ਕੇ ਆਈਸਕ੍ਰੀਮ ਖਵਾਉਂਦੇ ਨੇ ਵੱਡੇ ਚੱਕ ਦੇ। ਤੇ ਮੈਂ ਉਹ ਲਿਜਾਣਾ ਸੀ, ਚਲੋ ਆਪਾਂ ਹੁਣ ਲੱਭਦੇ ਰਹਿੰਦੇ ਹਾਂ ਘੱਟ ਪੈਸੇ ਜ਼ਿਆਦਾ ਮਾਲ ਕਿੱਥੇ ਮਿਲਦਾ ਹੈ ਭਾਈ, ਉਹ ਪੂਰਾ ਕੰਪੀਟੀਸ਼ਨ ਹੈ। ਤੂੰ ਇਹ ਦੱਸ, ਤੂੰ ਵੈਜੀਟੇਰੀਅਨ ਹੈ ਨਾਨ ਵੈਜੀਟੇਰੀਅਨ ਹੈ? ਮੈਂ ਭਾਈ ਵੈਜੀਟੇਰੀਅਨ। ਤੂੰ ਆਪਣਾ ਦੋਸਤ ਨਹੀਂ, ਮੈਂ ਤਾਂ ਪੁੱਛਣਾ ਸੀ ਯਾਰ ਚਿਕਨ ਜ਼ਿਆਦਾ ਸਵਾਦ ਕਿੱਥੋਂ ਮਿਲਦਾ। ਅੱਛਾ, ਚਿਕਨ ਤਾਂ ਫਿਰ ਪਾਲ ਢਾਬਾ ਹੀ ਹੈ ਜੀ, ਪਾਲ ਢਾਬੇ ਦਾ ਤਾਂ ਮੈਂ ਖਾਧਾ ਹੋਇਆ। ਜਿਹੜਾ ਇੱਕ ਸ਼ੋਅ ਕਰਨਾ ਚਾਹੁੰਦੇ ਨੇ ਭਾਈ ਦੀ ਇੱਛਾ ਹੈ ਥੋੜੀ ਜੀ ਆਪਾਂ ਹੋਰ ਅਜੇ ਹਿਸਾਬ ਨਾਲ ਕੀਤੀਆਂ ਰੁਕ ਕੇ ਆਹੂਜਾ ਟਾਵਰ ਦੀ ਹੁਣ ਜਿਹੜੀ ਇੱਕ ਯਾਦਗਾਰ ਫੋਟੋ ਹੈ ਅਸੀਂ ਉਹ ਵੀ ਖਿਚਾਵਾਂਗੇ, ਉਹ ਤੁਹਾਨੂੰ ਸਪੈਸ਼ਲੀ ਸਪੋਟ ਦਿਖਾਵਾਂਗੇ, ਵਿਜ਼ੂਅਲਸ ਮੈਂ ਦਿਖਾਉਣਾ ਚ ਗੱਡੀ ਚ ਉਤਰ ਕੇ ਦਿਖਾਉਂਦਾ। ਹਾਂ, ਗੱਡੀ ਚ ਉਤਰ ਕੇ ਫਿਰ ਸਵਾਦ ਆਣਾ ਯਾਰ। ਦੇਅਰ ਯੂ ਗੋ, ਆਹੂਜਾ ਟਾਵਰ, ਕਿਆ ਬਾਤ ਹੈ। ਅਏ ਭਾਈ ਇੱਕ ਗੱਲ ਹੋਰ ਹੈ, ਕਿਸੇ ਦਾ ਸਿੱਕਾ ਚੱਲਦਾ ਇੰਡਸਟਰੀ ਚ, ਕਿਸੇ ਦਾ ਪਿਆਰ ਚੱਲਦਾ, ਸਚਿਨ ਭਾਈ ਦਾ ਡਿੰਪਲ ਏ ਬਹੁਤ ਆ ਚੱਕ। ਪਿੰਡ ਦੀ ਗੇੜੀ, ਏ ਨੈਕਸਟ ਟਾਈਮ ਪਿੰਡ ਦੀ ਗੇੜੀ ਹੋ ਗਈ ਸਚਿਨ ਆਹੂਜਾ ਭਾਜੀ ਨਾਲ, ਯਾਰਾਂ ਦਾ ਯਾਰ। ਥੈਂਕ ਯੂ। ਤੇ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਮਾ ਨਾ ਭੁੱਲਿਓ। ਫਿਰ ਮਿਲਾਂਗੇ ਆਪਾਂ ਅਗਲੇ ਵਲੌਗ 'ਚ। ਬਾਏ ਬਾਏ।